का फंडा, फोन का फंडा। मेरा गाना चला दो। हेलो 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 चढ़दी कला टाइम टीवी देख रहे सारे दर्शकों रिदम वालों प्यार भरी सत श्री अकाल वेलकम स्वागत थोड़ा सारियां दा लाइव प्रोग्राम फोन का फंडा च सोमवार बुधवार शुक्रवार दोपहर नूं 2 बजे चढ़दी कला टाइम टीवी ते घर बैठ के इंजॉय कर सकदे हो यही प्रोग्राम साडे नाल जुड़ सकदे हो साडे प्रोग्राम च एक पार्ट बन सकदे हो मतलब साडे नाल शामिल हो सकदे हो ਤੁਹਾਡੀ ਟੀਵੀ ਸਕਰੀਨ ਤੇ ਆਵਾਜ਼ ਸੁਣ ਸਕਦੇ ਹੋ ਕਿਵੇਂ ਕਾਲ ਕਰਨਾ ਸਾਡੇ ਪ੍ਰੋਗਰਾਮ 'ਚ ਨੰਬਰ ਟੀਵੀ ਸਕਰੀਨ ਤੇ ਚੱਲ ਰਿਹਾ 9216192162 ਇਸ ਨੰਬਰ ਤੇ ਕਾਲ ਕਰਨਾ ਆਪਦਾ ਨਾਮ ਸ਼ਹਿਰ ਦਾ ਨਾਮ ਤੇ ਦੱਸਣਾ ਗਾਣਾ ਕਿਹੜੇ ਸਿੰਗਰ ਦਾ ਸੁਣਨਾ ਤੇ ਟੀਵੀ ਦੀ ਆਵਾਜ਼ ਘੱਟ ਰੱਖਣੀ ਹੈ ਚੜ੍ਹਦੀ ਕਲਾ ਟਾਈਮ ਟੀਵੀ ਪ੍ਰਾਈਮ ਯੂਟਿਊਬ ਚੈਨਲ ਹੈ ਜੀ ਜਾ ਕੇ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਸੀਂ ਆਵਾਜ਼ ਸੁਣਨੀ ਹੁੰਦੀ ਹੈ ਆਪਣੀ ਸੋ ਦੁਬਾਰਾ ਐਪੀਸੋਡ ਉੱਥੇ ਦੇਖ ਸਕਦੇ ਹੋ ਉੱਥੇ ਆਪਦੇ ਕਾਲਸ ਨੂੰ ਸੁਣ ਸਕਦੇ ਹੋ ਗੱਲ ਕਰਦੇ ਹੋਏ ਟੀਵੀ ਤੋਂ ਦੂਰ ਹੋ ਜਾਇਆ ਕਰੋ ਕਿਉਂਕਿ ਲਾਈਵ ਚੱਲ ਰਿਹਾ ਹੁੰਦਾ ਹੋਰ ਬਹੁਤ ਸਾਰੇ ਕਾਲਰ ਹੁੰਦੇ ਆ ਆਪਾਂ ਐਵੇਂ ਟਾਈਮ ਵੇਸਟ ਕਰ ਦਿੰਦੇ ਹਾਂ ਸੋ ਤਾਂ ਕਰਕੇ ਰਿਕੁਐਸਟ ਸਟਾਰਟਿੰਗ 'ਚ ਹੀ ਕਰ ਰਹੇ ਹਾਂ ਟੀਵੀ ਤੋਂ ਦੂਰ ਹੋ ਕੇ ਗੱਲ ਕਰਨੀ ਹੈ ਜਾਂ ਟੀਵੀ ਦੀ ਆਵਾਜ਼ ਘੱਟ ਰੱਖਦੇ ਹੀ ਨਹੀਂ ਹੈ ਸੋ ਇਸ ਤਰੀਕੇ ਦੇ ਨਾਲ ਹੀ ਆਪਾਂ ਗੱਲਾਂ ਕਰਦੇ ਹੁੰਦੇ ਹਾਂ ਜਿੱਥੇ ਗੱਲ ਕਰਦੇ ਹੁੰਦੇ ਹਾਂ ਮਿਊਜ਼ਿਕ ਦੀ ਚੱਲਦੀ ਹੁੰਦੀ ਆ ਕੁਛ ਸਵਾਲ ਜਵਾਬ ਅਸੀਂ ਆਪਦੇ ਤੌਰ 'ਤੇ ਕਰਦੇ ਹਾਂ ਕੁਛ ਤੁਹਾਡੇ ਵੱਲੋਂ ਹੁੰਦੇ ਆ ਨੌਲੇਜ ਵਾਲੀਆਂ ਗੱਲਾਂ ਕਰਦੇ ਹਾਂ ਫੈਮਲੀ ਪਰਿਵਾਰ ਵਾਲਾ ਪ੍ਰੋਗਰਾਮ ਹੈਗਾ ਇਹ ਸੋ ਇੰਟਰਟੇਨਮੈਂਟ ਨਾਲ ਨਾਲ ਚੱਲਦਾ ਰਹਿੰਦਾ ਅੱਜ ਦੇ ਕਾਲਰ ਜੁੜ ਚੁੱਕੇ ਨੇ ਸਾਡੇ ਨਾਲ ਵੈਲਕਮ ਕਰਾਂਗੇ ਸੋ ਜਿੱਥੇ ਮੈਂ ਕਦੀ ਕਦੀ ਕੋਈ ਨਾ ਕੋਈ ਟੌਪਿਕ ਰੱਖਦਾ ਕਿਸੇ ਗੱਲ ਦੇ ਉੱਪਰ ਆਪਾਂ ਗੱਲ ਕਰਦੇ ਹੁੰਦੇ ਹਾਂ ਸੋ ਅੱਜ ਜੇ ਕੋਈ ਤੁਹਾਡੇ ਮਨ ਦੇ ਵਿੱਚ ਗੱਲ ਜਾਂ ਕਿਸੇ ਤਰ੍ਹਾਂ ਦੀ ਕੋਈ ਚੀਜ਼ ਤਾਂ ਤੁਸੀਂ ਇਸ ਪ੍ਰੋਗਰਾਮ 'ਚ ਗੱਲ ਕਰ ਸਕਦੇ ਹੋ ਆਓ ਵੈਲਕਮ ਕਰਦੇ ਹਾਂ ਫਸਟ ਕਾਲਰ ਦਾ ਹੈਲੋ ਰਾਮ ਰਾਮ ਜੀ ਰਾਮ ਰਾਮ ਜੀ ਸਵਾਗਤ ਹੈ ਪ੍ਰੋਗਰਾਮ 'ਚ ਸੰਜੇ ਮਲਿਕ ਜੀ ਹਾਂਜੀ ਸ਼ਹਿਰ ਤੁਸੀਂ ਆਪਣਾ ਦੱਸੋ ਹਾਂਜੀ ਮੈਂ ਕਿਹਾ ਸ਼ਹਿਰ ਦਾ ਨਾਮ ਤੁਸੀਂ ਦੱਸੋ ਯਮੁਨਾਨਗਰ ਜੀ ਨਾਮ ਮੈਂ ਦੱਸਤਾ ਜੀ ਸੰਜੇ ਮਲਿਕ ਜੀ ਸ਼ਹਿਰ ਹੈ ਜੀ ਯਮੁਨਾਨਗਰ ਜੀ ਸਵਾਗਤ ਹੈ ਜੀ ਗਾਣਾ ਵੀ ਹੁਣ ਤੁਸੀਂ ਦੱਸਣਾ ਕਿਹੜੇ ਸਿੰਗਰ ਦਾ ਸੁਣਨਾ ਸਤਿੰਦਰ ਦਾ ਜੀ ਅੱਛਾ ਜੀ ਸਤਿੰਦਰ ਸਰਤਾਜ ਦਾ ਜ਼ਰੂਰ ਸੁਣਾਵਾਂਗੇ ਹੋਰ ਸੰਜੇ ਜੀ ਅੱਜ ਮੈਂ ਇਹ ਗੱਲ ਕਰ ਰਿਹਾ ਮੈਂ ਕਿਹਾ ਯਾਰ ਮੈਂ ਬਹੁਤ ਸਾਰੀਆਂ ਗੱਲਾਂ ਕਰਦਾ ਅਕਸਰ ਹੈ ਨਾ ਕੋਈ ਨਾ ਕੋਈ ਚੀਜ਼ ਸੋਚ ਕੇ ਲਿਆ ਕੇ ਆਉਂਦਾ ਹੀ ਹੁੰਦਾ ਜਿਹਦੇ 'ਤੇ ਆਪਾਂ ਹਰ ਪ੍ਰੋਗਰਾਮ 'ਚ ਹੀ ਗੱਲ ਕਰਦੇ ਰਹਿੰਦੇ ਹਾਂ ਪਰ ਅੱਜ ਮੈਂ ਕਿਹਾ ਤੁਹਾਡੇ ਵੱਲੋਂ ਕੋਈ ਗੱਲ ਹੋ ਜੇ ਅਕਸਰ ਇਹ ਗੱਲ ਕਹੀ ਹੈ ਨਾ ਕਿ ਮੈਂ ਇੱਥੇ ਹੋਣਾ ਚਾਹੁੰਦਾ ਮੈਨੂੰ ਵੀ ਇਸ ਤਰ੍ਹਾਂ ਹੋਸਟ ਬਣਨ ਦਾ ਮਤਲਬ ਹੈਗਾ ਕਿਤੇ ਨਾ ਕਿਤੇ ਮਨ 'ਚ ਅਤੇ ਇਹ ਦੱਸੋ ਜੇ ਤੁਸੀਂ ਹੋਸਟ ਹੁੰਦੇ ਪ੍ਰੋਗਰਾਮ ਦੇ ਕਿਸੇ ਦੇ ਤਾਂ ਇਸ ਟਾਈਮ ਤੁਹਾਡੇ ਮਨ 'ਚ ਕੀ ਹੁੰਦਾ ਪਹਿਲੀ ਗੱਲ ਹੋਸਟ ਨੂੰ ਹੋਸਟ ਕਰਨਾ ਹੈ ਮੈਂ ਤਾਂ ਹੋਸਟ ਨੂੰ ਹੋਸਟ ਕਰਨਾ ਹੋਸਟ ਨੂੰ ਹੋਸਟ ਕਰਨਾ ਜੀ ਅੱਛਾ ਜੀ ਰੋਸਟ ਨਾ ਕਰਦੇ ਹੋ ਜੇ ਅੱਜ ਕੱਲ੍ਹ ਉਹ ਵੀ ਬਹੁਤ ਚੱਲਦਾ ਹੈ ਨਾ ਆਪਾਂ ਇੱਕ ਦੂਜੇ ਦੀ ਜਿਹੜੀ ਲੱਤ ਖਿਚਵਾਈ ਟੰਗ ਖਿੱਚੀ ਚੱਲਦੇ ਆ ਜਿਹਨੂੰ ਕਹਿੰਦੇ ਆ ਇੱਕ ਦੂਜੇ ਦੀ ਥੋੜ੍ਹੀ ਜਿਹੀ ਉਹ ਕਰਦੇ ਹੁੰਦੇ ਆ ਜਿਵੇਂ ਹਾਸਾ ਮਜ਼ਾਕ ਵੀ ਕਰ ਲੈਂਦੇ ਆ ਹਾਏ 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 ਇਹ ਚੀਜ਼ ਹੋਈ ਨਾ ਜੱਫੀ ਪਾਣੀ ਹੈ ਜ਼ਰੂਰ ਜੀ ਜੇ ਜਦੋਂ ਵੀ ਸਬੱਬ ਬਣਿਆ ਆਪਦਾ ਪਰਮਾਤਮਾ ਨੇ ਚਾਹਿਆ ਜ਼ਰੂਰ ਮੁਲਾਕਾਤ ਹੋਏਗੀ ਤਾਂ ਇਹ ਵੀ ਚੀਜ਼ ਤੁਹਾਡੀ ਪੂਰੀ ਕੀਤੀ ਜਾਏਗੀ ਬਸ ਇਹ ਪਿਆਰ ਬਣਾ ਕੇ ਰੱਖਿਓ ਇੱਦਾਂ ਹੀ ਸ਼ੁਕਰੀਆ ਸ਼ੁਕਰੀਆ ਸੰਜੇ ਜੀ ਕਾਲ ਕਰਨ ਲਈ ਧੰਨਵਾਦ ਹੈ ਸੋ ਤੁਹਾਡਾ ਵੱਡਾ ਪਨ ਹੈ ਜੀ ਸਭ ਦਾ ਇੰਨਾ ਪਿਆਰ ਕਰਦੇ ਹੋ ਪ੍ਰੋਗਰਾਮ ਦੇਖਦੇ ਹੋ ਇੰਤਜ਼ਾਰ ਕਰਦੇ ਹੋ ਫਿਰ ਕਾਲ ਕਰਦੇ ਹੋ ਨਹੀਂ ਲੱਗਦਾ ਫਿਰ ਕਰਦੇ ਹੋ ਨਹੀਂ ਲੱਗਦਾ ਫਿਰ ਕਰਦੇ ਹੋ ਸੋ ਇਹ ਇੱਦਾਂ ਹੀ ਕੰਟੀਨਿਊ ਰੱਖਣਾ ਕੀਪ ਔਨ ਕਾਲਿੰਗ ਕਾਲ ਕਰਦੇ ਰਹੋ ਅਤੇ ਮੈਂ ਫਿਲਹਾਲ ਗਾਣਾ ਸੁਣਾਉਣਾ ਇਹਨਾਂ ਨੂੰ ਸਤਿੰਦਰ ਸਰਤਾਜ ਜੀ ਦਾ ਜੇ ਤੁਸੀਂ ਵੀ ਕੋਈ ਗੱਲ ਕਰਨੀ ਹੈ ਜਾਂ ਗਾਣਾ ਸੁਣਨਾ ਤਾਂ ਫੋਨ ਚੱਕ ਕੇ ਕਾਲ ਕਰਦੇ ਹੋ ਆ ਜਾਓ ਗਾਣਾ ਇੰਜੋਏ ਕਰਦੇ ਹਾਂ ਕਾਲਰ ਨਾਲ ਗੱਲ ਕਰਦੇ ਹਾਂ ਹੈਲੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ ਰਤਨ ਜੀ ਮਹਾਰਾਜ ਚਲੋ ਕਿਰਪਾ ਚਾਹੀਦੀ ਹੈ ਜੀ ਬਸ ਹੱਸਦੇ ਵੱਸਦੇ ਚਾਹੀਦੇ ਹੋ ਤੁਸੀਂ
ਤੇ ਵੈਲਕਮ ਹੈ ਤੁਹਾਡਾ ਪ੍ਰੋਗਰਾਮ 'ਚ। ਗਾਣਾ ਦੱਸ ਦਿਓ, ਕਿਹੜੇ ਸਿੰਗਰ ਦਾ ਸੁਣੋਗੇ? ਗਾਣਾ ਤੁਸੀਂ ਆਪਦੀ ਮਰਜ਼ੀ ਦਾ ਸੁਣਾ ਦਿੰਦੇ ਹਾਂ। ਅਤੇ ਤੁਹਾਡਾ ਸਵਾਲ ਜਿਹੜਾ ਮੈਂ ਪਿਛਲੀ ਵਾਰੀ ਦੱਸਿਆ ਸੀ ਉਹੀ ਸਹੀ ਸੀਗਾ ਨਾ? ਮੈਂ ਜਿਹੜਾ ਸਵਾਲ ਮੈਨੂੰ ਅਕਸਰ ਸੁਣਦਾ ਨਹੀਂ ਸੀ ਜਦੋਂ ਵੀ ਤੁਸੀਂ ਪੁੱਛਦੇ ਸੀਗੇ ਕਿ ਐਸਾ ਕਿਹੜਾ ਬਾਦਸ਼ਾਹ ਸੀਗਾ ਮਤਲਬ ਜਿਹਦਾ ਬੇਟਾ ਬਿਮਾਰ ਸੀਗਾ, ਇਸ ਤਰੀਕੇ ਦਾ ਬਿਮਾਰ ਸੀ ਕਿ ਕੋਈ ਮੈਡੀਸਿਨ ਵੀ ਕੰਮ ਨਹੀਂ ਕੀਤੀ, ਪਰ ਉਹ ਮਰਨ ਦੇ ਹਾਲਾਤ ਦੇ ਉੱਪਰ ਆ ਗਿਆ। ਔਰ ਪਰ ਉਸ ਬਾਦਸ਼ਾਹ ਦਾ ਇੰਨਾ ਲਗਾਵ ਸੀ ਉਸ ਬੱਚੇ ਨਾਲ ਕਿ ਉਹਨੇ ਆਪਦੇ ਬੱਚੇ ਨੂੰ ਬਚਾਉਣ ਲਈ ਪਰਮਾਤਮਾ ਅੱਗੇ ਦੁਆ ਕੀਤੀ। ਜਦੋਂ ਇੱਕੋ ਆਖਰੀ ਹੱਲ ਆਪਦੇ ਕੋਲ ਰਹਿ ਜਾਂਦਾ, ਇੱਕੋ ਹੀ ਚੀਜ਼ ਰਹਿ ਜਾਂਦੀ ਹੈ ਲਾਸਟ ਆਪਸ਼ਨ, ਫਿਰ ਉਹਨੇ ਇਹ ਕਿਹਾ ਕਿ ਮੈਂ ਆਪਦੀ ਲਾਈਫ ਐਕਸਚੇਂਜ ਕਰ ਸਕਦਾ, ਮਤਲਬ ਉਹ ਰਿਕੁਐਸਟ ਕੀਤੀ ਉਹਨੇ ਰੱਬ ਨੂੰ ਕਿ ਇਹਦੇ ਬਦਲੇ ਮੈਂ ਬਿਮਾਰ ਹੋ ਜਾਵਾਂ, ਮੈਂ ਮਰਨ ਨੂੰ ਤਿਆਰ, ਪਰ ਮੇਰਾ ਬੇਟਾ ਠੀਕ ਹੋ ਜਾਏ। ਇਹੀ ਸਵਾਲ ਸੀਗਾ ਜੀ? ਹਾਂਜੀ ਹਾਂਜੀ ਹਾਂਜੀ। ਚਲੋ ਸ਼ੁਕਰ ਹੈ ਪਰਮਾਤਮਾ ਦਾ, ਮੈਂ ਸਮਝਿਆ ਤੇ ਸਹੀ। ਸੋ ਪਿਆਰੇ ਦਰਸ਼ਕੋ, ਜਿੰਨਾ ਕੁਛ ਵੀ ਮੈਂ ਬੋਲਿਆ ਇੱਕ ਸਵਾਲ ਹੈ। ਸੋ ਤੁਸੀਂ ਦੱਸਣਾ, ਮੈਂ ਪਿਛਲੇ ਐਪੀਸੋਡ 'ਚ ਵੀ ਪੁੱਛਿਆ ਸੀਗਾ ਕਿ ਉਹ ਕਿਹੜਾ ਕਿੰਗ ਬਾਦਸ਼ਾਹ ਸੀਗਾ ਜਿਹਨੇ ਇਹ ਚੀਜ਼ ਕੀਤੀ, ਔਰ ਇਹ ਚੀਜ਼ ਹੋਈ ਵੀ, ਔਰ ਅੱਜ ਵੀ ਉਸ ਬਾਦਸ਼ਾਹ ਨੂੰ ਤੁਸੀਂ ਜਾਣਦੇ ਵੀ ਹੋ, ਔਰ ਇਹ ਸਾਇੰਸ ਮਤਲਬ ਸਾਡੀ ਹਿਸਟਰੀ ਦਾ ਸਵਾਲ ਹੈ ਯਾਰ। ਅੱਜ ਦੇ ਬੱਚਿਆਂ ਨੂੰ ਨੌਲੇਜ ਹੋਣੀ ਜ਼ਰੂਰੀ ਹੈ, ਔਰ ਇਹ ਸਾਡੇ ਮਾਸਟਰ ਸਾਹਿਬ ਨੇ, ਇਹ ਮਾਸਟਰ ਰਿਟਾਇਰ ਹੋਏ ਨੇ, ਸੋ ਇਹ ਇੱਦਾਂ ਦੇ ਸਵਾਲ ਜਵਾਬ ਲੈ ਕੇ ਆਉਂਦੇ ਨੇ, ਨੌਲੇਜ ਵਾਲੇ ਲੈ ਕੇ ਆਉਂਦੇ ਨੇ। ਸੋ ਬਹੁਤ ਸ਼ੁਕਰੀਆ ਇਸ ਚੀਜ਼ ਲਈ ਤੁਹਾਡਾ ਮਾਸਟਰ ਸਾਹਿਬ ਕਿ ਤੁਸੀਂ ਸਾਡੇ ਪ੍ਰੋਗਰਾਮ ਦੇ ਜ਼ਰੀਏ ਕਾਫੀ ਨੌਲੇਜ ਅੱਗੇ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਵੀ ਕਰਦੇ ਹੋ। ਅਤੇ ਜੇ ਮੈਂ ਤੁਹਾਡੇ ਤੋਂ ਪੁੱਛਾਂ ਕਿ ਤੁਸੀਂ ਟੀਚਿੰਗ ਹੀ ਕਿਉਂ ਚੂਜ਼ ਕੀਤੀ? ਮੈਂ ਕਿਹਾ ਤੁਸੀਂ ਟੀਚਰ ਹੀ ਕਿਉਂ ਬਣੇ, ਇਹੀ ਕਿਉਂ ਚੂਜ਼ ਕੀਤਾ ਕਿ ਯਾਰ ਮੈਂ ਅਧਿਆਪਕ ਹੀ ਬਣਦਾ? ਉਹ ਵੇਖੋ, ਇਹ ਵੀ ਵਾਪਸ ਮੌਜਦਾ, ਮੈਂ ਕਿਥੋਂ ਬਣੂ ਨਾ ਉਹ ਪਰਮਾਤਮਾ ਬਣਾਉ, ਪਰਮਾਤਮਾ ਵਾਪਸ। ਜੀ ਜੀ ਨਹੀਂ, ਮਤਲਬ ਤੁਹਾਡਾ ਸ਼ੌਂਕ ਹੀ ਸੀਗਾ ਜਦੋਂ ਪੜ੍ਹ ਰਹੇ ਸੀਗੇ ਉਦੋਂ ਹੀ ਸ਼ੌਂਕ ਸੀਗਾ ਕਿ ਯਾਰ ਮੈਂ ਟੀਚਰ ਹੀ ਬਣਾਂਗਾ, ਜਾਂ ਮਤਲਬ ਕਿਸੇ ਆਪਦੇ ਟੀਚਰ ਤੋਂ ਇੰਨਾ ਇੰਸਪਾਇਰ ਹੋ ਗਏ ਸੀ ਜਾਂ ਵੀ ਕਿਸੇ ਨੂੰ ਸੋਚ ਕੇ? ਜੀ ਜੀ ਜੀ। ਔਰ ਤੁਹਾਡੇ ਵਰਗੇ ਟੀਚਰ ਹੋਣੇ ਜ਼ਰੂਰੀ ਵੀ ਆ, ਹੁਣ ਹਰ ਟੀਚਰ ਹੋਣੇ ਵੀ ਜ਼ਰੂਰੀ ਆ ਜਿਹੜੇ ਆਪਦੀ ਸਰਵਿਸ ਤੋਂ ਬਾਅਦ ਵੀ ਅੱਗੇ ਫਿਰ ਸਮਾਜ ਸੇਵਾ ਦੇ ਵਿੱਚ ਲੱਗੇ ਹੋਏ ਨੇ। ਸ਼ੁਕਰੀਆ ਆਪਣਾ ਰਤਨ ਜੀ, ਤੁਹਾਡਾ ਧੰਨਵਾਦ ਹੈ ਕਾਲ ਕਰਨ ਲਈ, ਜੁੜੇ ਹੋਏ ਹੋ ਕਾਫੀ ਸਮੇਂ ਤੋਂ, ਅੱਛੀ ਗੱਲ ਹੈ, ਕਿਉਂਕਿ ਜੇ ਟੀਚਰਸ ਨਾ ਹੋਣ ਤਾਂ ਭਾਈ ਗਿਆਨ ਦਾ ਪਸਾਰ ਕਿਵੇਂ ਹੋਏਗਾ, ਹੈ ਕਿ ਨਹੀਂ? ਸੋ ਨੌਲੇਜ ਲਿਆ ਕਰੋ, ਤਾਂ ਹੀ ਕਹਿੰਦਾ ਕਿ ਕੋਈ ਵੀ ਚੀਜ਼ ਹੈ ਅੱਜ ਦੇ ਟਾਈਮ ਦੇ ਵਿੱਚ, ਜੇ ਮੈਂ ਲਾਈਫ ਦੀ ਗੱਲ ਕਰਾਂ, ਕਿਉਂਕਿ ਡਿਜੀਟਲ ਲਾਈਫ ਹੋ ਚੁੱਕੀ ਹੈ, ਐਡਵਾਂਸ ਹੋ ਚੁੱਕੀ ਹੈ, ਸੋ ਸਟੱਡੀ ਐਜੂਕੇਸ਼ਨ ਇਹੀ ਕੰਮ ਆਣੀ ਹੈ, ਸੋ ਇਸ ਤੋਂ ਬਿਨਾਂ ਕੋਈ ਵੀ ਚੀਜ਼ ਅੱਗੇ ਪੋਸੀਬਲ ਨਹੀਂ ਹੁੰਦੀ ਸਾਡੀ ਲਾਈਫ 'ਚ। ਔਰ ਹਾਂ, ਸਾਇੰਸ ਇਹ ਬਹੁਤ ਜ਼ਰੂਰੀ ਹੈ, ਇਹਦੇ 'ਤੇ ਖਾਸ ਧਿਆਨ ਦਿਓ ਜੀ। ਅਤੇ ਆਓ ਗਾਣਾ ਸੁਣਾਉਂਦੇ ਹਾਂ ਜਿਹੜਾ ਬਿਲਕੁਲ ਰੈਡੀ ਹੈ। ਕਾਲਰ ਨਾਲ ਗੱਲ ਕਰਦੇ ਆ ਜੀ, ਹੈਲੋ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕੀ ਨਾਮ ਹੈ ਜੀ, ਕਿੱਥੋਂ ਗੱਲ ਕਰ ਰਹੇ ਹੋ? ਜ਼ਿਲ੍ਹਾ ਗੁਰਦਾਸਪੁਰ। ਅੱਛਾ ਜੀ, ਨਾਮ ਕੀ ਹੈ ਤੁਹਾਡਾ? ਮਨਜੀਤ ਸਿੰਘ। ਮਨਜੀਤ ਸਿੰਘ ਜੀ, ਸਵਾਗਤ ਹੈ। ਗਾਣਾ ਕਿਹੜੇ ਸਿੰਗਰ ਦਾ ਸੁਣਨਾ ਮਨਜੀਤ ਜੀ? ਖਿਆਲ ਹੈ ਜੀ, ਕੀ ਕਹਿ ਰਹੇ ਹੋ ਜੀ? ਮੈਂ ਪਟਿਆਲੇ। ਹਾਂਜੀ, ਪੱਠਿਆਂ ਵਾਲੇ। ਮਨਜੀਤ, ਟੀਵੀ ਦੀ ਆਵਾਜ਼ ਘੱਟ ਕਰ ਦਿਓ ਪਲੀਜ਼। ਮਨਜੀਤ ਜੀ, ਪਹਿਲਾਂ ਤਾਂ ਰਿਕੁਐਸਟ ਇਹ ਕਰਦਾ ਮੈਂ, ਆਪਾਂ ਫੋਨ 'ਤੇ ਗੱਲ ਕਰਦੇ ਹਾਂ ਪਹਿਲਾਂ, ਅਤੇ ਮੈਨੂੰ ਇਹ ਦੱਸੋ ਕਿ ਤੁਸੀਂ ਫਸਟ ਟਾਈਮ ਕਾਲ ਕੀਤਾ ਆਈ ਥਿੰਕ, ਰਾਈਟ? ਹਾਂਜੀ ਹਾਂਜੀ। ਅਤੇ ਪ੍ਰੋਗਰਾਮ ਤਾਂ ਦੇਖਦੇ ਹੋ ਮਤਲਬ? ਹਾਂਜੀ ਹਾਂਜੀ। ਅਤੇ ਮਨਜੀਤ ਜੀ, ਕਰਦੇ ਕੀ ਹੋ ਤੁਸੀਂ? ਹਾਂਜੀ, ਮੈਂ ਕਿਹਾ ਤੁਸੀਂ ਕਰਦੇ ਕੀ ਹੋ ਵੈਸੇ? ਪੱਠਿਆਂ ਦਾ ਕੰਮ ਹੈ, ਇੱਟਾਂ ਬਣਾਉਂਦੇ ਹੋ? ਹਾਂਜੀ ਹਾਂਜੀ ਹਾਂਜੀ। ਬਣਵਾਨੇ ਹੋ?
ਮੈਂ ਨਹੀਂ ਬਣਵਾਉਂਦੇ ਅਸੀਂ। ਅੱਛਾ ਜੀ, ਠੀਕ ਹੈ ਜੀ, ਠੀਕ ਹੈ, ਭੱਠੇ ਦਾ ਕੰਮ ਹੈਗਾ, ਚਲੋ ਅੱਛੀ ਗੱਲ ਹੈ ਜੀ, ਕੰਮ ਕਾਰ ਜ਼ਰੂਰੀ ਹੈਗਾ। ਵੈਸੇ ਇਹ ਕਿੱਤਾ ਕਿਵੇਂ, ਮਤਲਬ ਕਿਸ ਤਰੀਕੇ ਨਾਲ ਜੁੜਿਆ, ਮਤਲਬ ਸ਼ੁਰੂ ਤੋਂ ਹੀ ਪਰਿਵਾਰਕ ਬਿਜ਼ਨਸ ਹੀ ਸੀਗਾ ਜਾਂ ਫਿਰ? ਅੱਛਾ ਜੀ, ਭਰਾ ਉਹਨਾਂ ਦਾ ਸੀਗਾ, ਫਿਰ ਤੁਸੀਂ ਨਾਲ ਜੁੜੇ? ਅੱਛਾ ਜੀ, ਤੇ ਉਹਦੇ ਨਾਲ ਨਾਲ ਵੈਸੇ ਕਦੀ ਇਹ ਮਲਾਲ ਨਹੀਂ ਆਇਆ ਦਿਲ ਦੇ ਉੱਪਰ ਵਿੱਚ ਕਿ ਕਦੀ ਯਾਰ ਕਿ ਮੈਂ ਆਹ ਚੀਜ਼ ਵੀ ਕਰਨਾ ਚਾਹੁੰਦਾ ਸੀ ਲਾਈਫ 'ਚ, ਕੋਈ ਹੈ ਇੱਦਾਂ ਦੀ ਚੀਜ਼ ਜਿਹੜੀ ਰਹਿ ਗਈ ਹੋਏ? ਮੇਰਾ ਬੇਟਾ ਸੀ ਜੀ, ਉਹ ਥੋੜਾ ਪਰ ਮੈਂ ਪਵਾ ਦੇ ਉਹਨੂੰ। ਓਹੋ, ਬੇਟਾ ਚਾਹੁੰਦਾ ਸੀ ਤੇ? ਹਾਂਜੀ ਹਾਂਜੀ, ਚਲੋ ਕੋਈ ਗੱਲ ਨਹੀਂ, ਲਾਈਫ ਦੇ ਵਿੱਚ ਹਨਾ ਹਰ ਇੱਕ ਚੀਜ਼ ਲਿਖੀ ਆ। ਹੁਣ ਇੱਕ ਕਾਲਰ ਤੁਹਾਡੇ ਤੋਂ ਪਹਿਲਾਂ ਗੱਲ ਹੋਈ ਹੈ, ਉਹਨਾਂ ਨੂੰ ਵੀ ਮੈਂ ਪੁੱਛਿਆ ਟੀਚਰ ਨੇ, ਮੈਂ ਕਿਹਾ ਤੁਸੀਂ ਟੀਚਰ ਹੀ ਕਿਉਂ ਬਣੇ ਹਨਾ? ਉਹ ਕਹਿੰਦੇ ਬਸ ਜੋ ਪਰਮਾਤਮਾ ਨੇ ਲਿਖਿਆ ਸੀ ਰਾਜਾ 'ਚ ਹੀ ਆਪਾਂ ਚੱਲਦੇ ਰਹੇ, ਜਿਸ ਤਰੀਕੇ ਨਾਲ ਜੋ ਲਾਈਫ 'ਚ ਹੋਈ ਗਿਆ ਬਸ ਉਸ ਤਰੀਕੇ ਨਾਲ ਚੱਲੀ ਗਿਆ। ਤੇ ਇੱਕ ਸਵਾਲ ਵੀ ਸੀਗਾ ਉਹਨਾਂ ਦਾ, ਸਵਾਲ ਇਹ ਸੀਗਾ ਕਿ ਕਹਿੰਦੇ ਐਸਾ ਕੋਈ ਬਾਦਸ਼ਾਹ ਹੋਇਆ ਜਿਹਦਾ ਬੇਟਾ ਬਿਮਾਰ ਸੀਗਾ, ਪਰ ਉਹਦੀ ਬਿਮਾਰੀ ਠੀਕ ਕਰਨ ਲਈ ਉਸ ਬਾਦਸ਼ਾਹ ਨੇ ਰੱਬ ਨੂੰ ਰਿਕੁਐਸਟ ਕੀਤੀ, ਦੁਆ ਕੀਤੀ ਕਿ ਮੈਂ ਬਿਮਾਰ ਹੋ ਜਾ, ਇਹਦੇ ਬਦਲੇ ਮੈਂ ਐਕਸਚੇਂਜ ਕਰਕੇ ਆਪ ਮਰਨ ਨੂੰ ਤਿਆਰ ਹਾਂ, ਪਰ ਇਹ ਠੀਕ ਹੋ ਜੇ। ਔਰ ਉਹ ਉਦਾਂ ਹੋਇਆ ਵੀ, ਤੁਹਾਨੂੰ ਪਤਾ ਕੋਈ ਇੱਦਾਂ ਦਾ ਕਿਹੜਾ ਬਾਦਸ਼ਾਹ ਸੀ? ਨਹੀਂ ਪਤਾ, ਟੀਵੀ ਦੇਖ ਰਹੇ ਹੋ ਤੁਸੀਂ, ਚਲੋ ਟੀਵੀ ਦੇਖਦੇ ਰਹੋ, ਆਪਾਂ ਤੁਹਾਨੂੰ ਦੱਸਾਂਗੇ ਉਹ ਕਿਹੜਾ ਬਾਦਸ਼ਾਹ ਸੀਗਾ। ਸੋ ਬਾਈ, ਹਰੇ ਮਤਲਬ ਬਹੁਤ ਚੀਜ਼ਾਂ ਨੇ ਹਿਸਟਰੀ ਦੇ ਵਿੱਚ, ਤੁਹਾਨੂੰ ਪਤਾ ਹੀ ਹੈ ਹੈ ਨਾ, ਔਰ ਬਹੁਤ ਚੀਜ਼ਾਂ ਹੋਈਆਂ ਵੀ ਆ ਜਿਹੜੀਆਂ ਅੱਜ ਤੱਕ ਅਸੀਂ ਸੁਣਦੇ ਵੀ ਆ ਰਹੇ ਹਾਂ, ਪੜ੍ਹਦੇ ਵੀ ਆ ਰਹੇ ਹਾਂ, ਔਰ ਹਿਸਟਰੀ ਨੂੰ ਜਿਉਂਦਾ ਰੱਖਣਾ ਜ਼ਰੂਰੀ ਹੈ। ਜਿਹੜੀਆਂ ਅੱਜ ਚੀਜ਼ਾਂ ਹੋ ਰਹੀਆਂ ਨੇ, ਇਹ ਵੀ ਕੱਲ੍ਹ ਵਾਲੇ ਆਉਣ ਵਾਲੇ ਬੱਚਿਆਂ ਲਈ ਅੱਜ ਦੇ ਟਾਈਮ ਦੀ ਹਿਸਟਰੀ ਕ੍ਰੀਏਟ ਹੋ ਰਹੀ ਹੈ, ਹਿਸਟਰੀ ਬਣ ਰਹੀ ਹੈ, ਜਿਸ ਤਰੀਕੇ ਨਾਲ ਦੌਰ ਬਦਲਦਾ ਆ ਰਿਹਾ ਹੈ ਨਾ, ਹੌਲੀ 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 ਹੌਲੀ, ਔਰ ਕਿੰਨੀਆਂ ਚੀਜ਼ਾਂ ਪ੍ਰਿਡਿਕਟ ਕੀਤੀਆਂ ਜਾ ਰਹੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦਾ ਹੋ ਜਾਏਗਾ ਟਾਈਮ, ਇੱਦਾਂ ਦਾ ਹੋ ਸਕਦਾ ਜਾਂ ਇੱਦਾਂ ਦੀ ਟੈਕਨੋਲੋਜੀਜ਼ ਹੋ ਜਾਣਗੀਆਂ। ਸੋ ਚੱਲ ਰਹੀ ਹੈ, ਸਾਰੇ ਉਮੀਦ 'ਤੇ ਦੁਨੀਆ ਕਾਇਮ ਹੈ ਕਹਿੰਦੇ ਨੇ ਨਾ, ਸੋ ਉਮੀਦ ਹੈਗੀ ਹੈ ਜੀ, ਚੱਲਦੇ ਰਹੀਏ ਬਸ, ਜਿਸ ਤਰ੍ਹਾਂ ਵੀ ਰੱਬ ਚਲਾ ਰਿਹਾ ਇਸ ਦੁਨੀਆ ਦੇ ਵਿੱਚ ਆਏ ਹਾਂ, ਆਪਦੀ ਡਿਊਟੀ ਕਰਦੇ ਰਹੀਏ ਪੂਰੀ। ਫਿਲਹਾਲ ਮੇਰੀ ਡਿਊਟੀ ਕੀ ਹੈ, ਤੁਹਾਨੂੰ ਗਾਣਾ ਸੁਣਾਉਣ ਦੀ, ਜਿਹੜਾ ਕਿ ਬਿਲਕੁਲ ਰੈਡੀ ਹੈ, ਇੰਜੋਏ ਕਰਦੇ ਹਾਂ। ਕਾਲਰ ਨਾਲ ਗੱਲ ਕਰਦੇ ਹਾਂ, ਹੈਲੋ ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਨਾਮ ਕੀ ਹੈ ਤੁਹਾਡਾ, ਕਿੱਥੋਂ ਗੱਲ ਕਰ ਰਹੇ ਹੋ ਤੁਸੀਂ? ਅੱਛਾ ਜੀ, ਸਵਾਗਤ ਹੈ, ਵੈਲਕਮ ਹੈ ਤੁਹਾਡਾ। ਗਾਣਾ ਕਿਹੜੇ ਸਿੰਗਰ ਦਾ ਸੁਣਨਾ ਤੁਸੀਂ? ਲੌਂਗ ਲਾਚੀ ਤੋਂ। ਓਹੋ, ਲੌਂਗ ਲਾਚੀ ਸੁਣਨਾ ਚਾਹੁੰਦੇ ਹੋ? ਹਾਂਜੀ। ਅੱਛਾ ਜੀ, ਸੁਣਾਵਾਂਗੇ। ਤੇ ਬੇਟਾ ਕਿੰਨਵੀਂ ਚ ਪੜ੍ਹਦੇ ਹੋ ਪਹਿਲਾਂ ਤਾਂ ਇਹ ਦੱਸੋ? ਸੈਕਿੰਡ ਡੇ ਜੀ। ਸੈਕਿੰਡ ਦੇ ਵਿੱਚ ਪੜ੍ਹਦੇ ਹੋ ਤੁਸੀਂ? ਪ੍ਰੋਗਰਾਮ ਕਦੋਂ ਤੋਂ ਦੇਖਦੇ ਹੋ ਪਏ ਹੋ ਸਾਡਾ? ਕਿੰਨੇ ਟਾਈਮ? ਪਹਿਲੀ ਵਾਰ ਦੇਖਿਆ। ਪਹਿਲੀ ਵਾਰੀ ਦੇਖਿਆ ਤੁਸੀਂ, ਵਾਹ, ਕਿਵੇਂ ਦਾ ਲੱਗਾ ਫਿਰ ਅੱਜ ਲਾਈਵ ਪ੍ਰੋਗਰਾਮ, ਔਰ ਅੱਜ ਪਹਿਲੀ ਵਾਰੀ ਤੁਸੀਂ ਕਾਲ ਕਰਤੀ, ਤੁਹਾਡੇ ਨਾਲ ਕੌਣ ਹੈ? ਮੇਰੀ ਮੰਮਾ। ਮੰਮਾ ਨੇ? ਅੱਛਾ, ਕਿਵੇਂ ਦਾ ਲੱਗਿਆ ਪ੍ਰੋਗਰਾਮ? ਬਹੁਤ ਵਧੀਆ। ਵਧੀਆ ਲੱਗਦਾ ਪਿਆ, ਔਰ ਦੇਖਿਆ ਇਹਦੇ 'ਚ ਆਪਣੀ ਫਰਮਾਇਸ਼ ਕਰਕੇ ਆਪਾਂ ਗਾਣਾ ਚਲਾ ਸਕਦੇ ਹਾਂ। ਟੀਵੀ 'ਚ ਵਧੀਆ ਜ਼ਿਆਦਾ ਲੱਗਿਆ ਕਿ ਜਦੋਂ ਆਪਾਂ ਮੋਬਾਈਲ 'ਤੇ ਆਪ ਹੀ ਚਲਾ ਲੈਂਦੇ ਹਾਂ ਉਹ ਜ਼ਿਆਦਾ ਵਧੀਆ? ਇੱਦਾਂ ਤੁਹਾਡੇ ਫਰੈਂਡਸ ਨੂੰ ਵੀ ਤੁਸੀਂ ਦੱਸ ਸਕਦੇ ਹੋ ਹਨਾ ਕਿ ਮੈਂ ਕਾਲ ਕੀਤੀ ਸੀ ਇੱਦਾਂ ਕਰਕੇ। ਹਾਂਜੀ, ਔਰ ਬਹੁਤ ਅੱਛਾ ਲੱਗਿਆ ਬੇਟੇ ਤੁਸੀਂ ਕਾਲ ਕੀਤੀ ਹੈ, ਥੈਂਕ ਯੂ ਸੋ ਮਚ, ਔਰ ਕਾਲ ਕਰਦੇ ਰਿਹਾ ਕਰੋ, ਠੀਕ ਹੈ? ਕੋਈ ਏਜ ਲਿਮਿਟ ਨਹੀਂ ਹੈਗੀ ਸਾਡੇ ਪ੍ਰੋਗਰਾਮ ਦੀ, ਸੋ ਤੁਸੀਂ ਵੀ ਕਾਲ ਕਰ ਸਕਦੇ ਹੋ, ਇੱਦਾਂ ਹੀ ਆਪਦੇ ਬੱਚਿਆਂ ਨਾਲ ਟਾਈਮ ਸਪੈਂਡ ਕਰਨ ਦਾ ਹਨਾ, ਟਾਈਮ ਮਿਲ ਜਾਂਦਾ, ਕੋਈ ਵੀ ਬਹਾਨਾ ਹੋ ਸਕਦਾ, ਔਰ ਗੱਲ ਜਿੱਥੇ ਨੌਲੇਜ ਦੀ ਹੋ ਰਹੀ ਹੋਏ ਔਰ ਉੱਥੇ ਤਾਂ ਆਪਾਂ ਨੂੰ ਗੱਲ ਕਰਨੀ ਬਣਦੀ ਹੈ।
ਸੋ ਪਲੀਜ਼ ਬੱਚੇ ਜਿੰਨੇ ਵੀ ਦੇਖਦੇ ਹੋ ਜਿਹੜੀਆਂ ਵੀ ਗੱਲਾਂ ਕਰਦੇ ਹਾਂ ਕਿਤੇ ਨਾ ਕਿਤੇ ਆਪਾਂ ਦਿਮਾਗ 'ਚ ਰੱਖਣੀਆਂ ਨੇ ਔਰ ਪੇਰੈਂਟਸ ਦੀ ਗਾਈਡੈਂਸ 'ਚ ਇਸ ਚੀਜ਼ ਨੂੰ ਧਿਆਨ 'ਚ ਰੱਖਣਾ ਹੈ। ਗਾਣਾ ਸੁਣਾਵਾਂਗੇ ਬੇਟਾ ਤੁਹਾਨੂੰ, ਆਓ ਫਿਰ ਜਿਨ੍ਹਾਂ ਨੇ ਕਾਲ ਕੀਤਾ ਪਹਿਲਾਂ ਗੱਲ ਕਰਦੇ ਹਾਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਲੰਘੇ ਆਓ ਜੀ, ਪੈਰੀ ਪੈਨੇ ਆ ਜਿੰਦੇ ਰਹੋ ਜੀ, ਵੱਡੀਆਂ ਵੱਡੀਆਂ ਉਮਰਾਂ ਹੋਣ ਤੁਹਾਡੀਆਂ ਜੀ, ਨਾਲੇ ਵਧਾਈਆਂ ਹੋਣ ਤੁਹਾਨੂੰ। ਸ਼ੁਕਰੀਆ ਜੀ, ਵਧਾਈਆਂ ਕਾਹਦੀਆਂ ਦੇ ਰਹੇ ਹੋ? ਤੁਸੀਂ ਕਿਹਾ ਸੀ ਉਸ ਦਿਨ ਕਿਹੜੀ ਕਿਹੜੀ ਖਾਸ ਗੱਲ ਹੈ, ਅੱਜ ਖਾਸ ਗੱਲ ਹੈ, ਅੱਜ ਸਾਡੇ ਵਿਆਹ ਦੀ ਸਾਲਗਿਰਾ। ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਬਹੁਤ ਮੁਬਾਰਕਾਂ ਮਨਜੀਤ ਕੌਰ ਜੀ। ਤੁਹਾਡਾ ਕਪਲ ਬਹੁਤ ਅੱਛਾ ਹੈ ਤੇ ਅੰਕਲ ਜੀ ਨੂੰ ਵੀ ਬਹੁਤ ਬਹੁਤ ਮੁਬਾਰਕਾਂ। ਰਣਜੀਤ ਜੀ ਨੂੰ ਕਿੰਨੇ ਸਾਲ ਹੋ ਗਏ ਆਂਟੀ ਜੀ? 47 ਸਾਲ ਹੋ ਗਏ। 47 ਸਾਲ ਹੋ ਗਏ ਨੇ, ਓਏ ਹੋਏ 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 ਹੋਏ, ਅੱਜ ਦੇ ਟਾਈਮ ਚ ਕਿਸੇ ਨੂੰ ਕਹੋ ਨਾ ਉਹ ਕਹਿੰਦਾ 47 ਸਾਲ, ਇੰਨੇ ਸਾਲ ਜਿਹਦੇ ਤੇ ਦੇਖ ਕੇ ਹਰ ਕੋਈ ਆਪਦੇ ਲਾਈਫ ਦੇ ਵਿੱਚ ਓਦਾਂ ਦੀਆਂ ਚੀਜ਼ਾਂ ਨੂੰ ਢਾਲ ਸਕੇ, ਔਰ ਤੁਸੀਂ ਉਹਨਾਂ ਦੇ ਵਿੱਚੋਂ ਇੱਕ ਹੈਗੇ ਹੋ। ਮਤਲਬ ਕਿ ਹਰ ਕੋਈ ਇਨਸਾਨ ਲਾਈਫ 'ਚ ਸਟਰਗਲ ਕਰਦਾ, ਪਰ ਜਿੱਥੋਂ ਤੱਕ ਮੈਂ ਓਬਜ਼ਰਵ ਕਰਦਾ ਤੁਸੀਂ ਵੀ ਬਹੁਤ ਸਟਰਗਲ ਕੀਤਾ ਔਰ ਅੱਜ ਤੱਕ ਜਿਵੇਂ ਜਿਸ ਤਰੀਕੇ ਦੀ ਲਾਈਫ ਤੁਸੀਂ ਕਰ ਹੀ ਰਹੇ ਹੋ, ਕਿਉਂਕਿ ਜ਼ਿੰਦਗੀ ਹੈ ਨਾ, ਜੰਗ ਦਾ ਨਾਮ ਹੈ, ਸਟਰਗਲ ਦਾ ਨਾਮ ਹੈ। ਮੈਂ ਕਿਹਾ ਰਿੰਦਰ ਜੀ ਨੂੰ ਆਪਣੇ ਪੁੱਤਰ ਨੂੰ ਦੱਸ। ਜੀ ਜੀ, ਬਹੁਤ ਖੁਸ਼ੀ ਹੋਈ, ਬਹੁਤ ਖੁਸ਼ੀ ਹੋਈ ਆਂਟੀ ਜੀ, ਬਹੁਤ ਖੁਸ਼ੀ ਹੋਈ, ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਪਰਮਾਤਮਾ ਤੁਹਾਡੀ ਜੋੜੀ ਨੂੰ ਇੱਦਾਂ ਹੀ ਬਣਾਈ ਰੱਖੇ ਜੀ, ਇੱਦਾਂ ਹੀ ਪਿਆਰ ਬਣਿਆ ਰਹੇ ਤੁਹਾਡੇ 'ਚ, ਔਰ ਇੱਦਾਂ ਹੀ ਰਲ ਕੇ ਤੁਸੀਂ ਬਸ ਜ਼ਿੰਦਗੀ ਨੂੰ ਜਿਸ ਤਰੀਕੇ ਨਾਲ ਵੀ ਚੱਲ ਰਹੀ ਹੈ ਜਿਉਂਦੇ ਰਹੋ। ਸ਼ੁਕਰੀਆ ਆਂਟੀ ਜੀ, ਟਾਈਮ ਦਿੱਤਿਆ, ਚਲੋ ਜੀ ਤੁਹਾਡਾ ਹੀ। ਸ਼ੁਕਰੀਆ 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 ਜੀ ਜੀ ਜੀ, ਜ਼ਰੂਰ ਜੀ ਜ਼ਰੂਰ, ਕਿਉਂ ਨਹੀਂ, ਜ਼ਰੂਰ ਸੁਣਾਵਾਂਗੇ। ਔਰ ਦੇਖੋ ਜੀ, ਹਰ ਇੱਕ ਦੀ ਲਾਈਫ 'ਚ ਹੁੰਦਾ ਹੀ ਆ, ਕੋਈ ਨਾ ਕੋਈ ਖਾਸ ਦਿਨ ਹੁੰਦਾ। ਮੈਂ ਗੱਲ ਕੀਤੀ ਸੀ, ਆਂਟੀ ਜੀ ਨੇ ਯਾਦ ਰੱਖੀ ਹੈ ਕਿ ਹਰ ਕੋਈ ਬੰਦਾ ਆਪਦੀ ਲਾਈਫ 'ਚ ਕੋਈ ਸਪੈਸ਼ਲ ਦਿਨ ਚੂਜ਼ ਕਰਦਾ ਹੈ ਨਾ, ਜਿਵੇਂ ਕਿਸੇ ਦੇ ਕੋਈ ਕੋਈ ਬੇਟਾ ਹੁੰਦਾ, ਬੇਟੀ ਹੁੰਦੀ ਹੈ, ਕਿਸੇ ਦਾ ਮੈਰਿਜ ਹੁੰਦੀ ਹੈ, ਜਾਂ ਕੋਈ ਆਪਦੇ ਬਰਥਡੇ ਨੂੰ ਆਪਦਾ ਖਾਸ ਦਿਨ ਮੰਨਦਾ ਹੈ। ਸੋ ਹਰ ਕੋਈ ਬੰਦੇ ਦੀ ਆਪਦੀ ਸੋਚ ਹੁੰਦੀ ਹੈ। ਸੋ ਲਾਈਫ ਜਦੋਂ ਚੇਂਜ ਹੁੰਦੀ ਹੈ, ਉਹ ਇੱਕ ਲਾਈਫ ਦਾ ਦਿਨ ਹੁੰਦਾ, ਵਿਆਹ ਹੁੰਦਾ ਜਦੋਂ। ਸੋ ਇਹਨਾਂ ਦੀ ਵੀ ਇਸ ਚੀਜ਼ ਨੂੰ ਇਹਨਾਂ ਨੇ ਮੰਨਿਆ ਔਰ ਅੱਜ ਇਸ ਚੀਜ਼ ਨੂੰ ਖਾਸ ਮੰਨਦੇ ਨੇ, ਔਰ ਤੁਹਾਡਾ ਦਿਨ ਖਾਸ ਹੀ ਰਹੇ ਜੀ। ਗਾਣਾ ਰੈਡੀ ਹੈ ਜੀ, ਗਾਣਾ ਸੁਣਾਉਂਦੇ ਹਾਂ, ਪਰ ਇੱਕ ਲਾਈਫ ਦੇ ਵਿੱਚ ਹੋਰ ਖਾਸ ਦਿਨ ਹੁੰਦਾ, ਉਹ ਹੁੰਦਾ ਜਨਮ ਦਿਨ। ਸੋ ਅੱਜ ਵੀ ਜਿਨ੍ਹਾਂ ਦੇ ਵੀ ਜਨਮ ਦਿਨ ਆ ਪਹਿਲਾਂ ਤਾਂ ਉਹਨਾਂ ਨੂੰ ਵੀ ਢੇਰ ਸਾਰੀਆਂ ਸ਼ੁਭਕਾਮਨਾਵਾਂ, ਜਿਨ੍ਹਾਂ ਦੀਆਂ ਹੋਰ ਵੀ ਐਨਵਰਸਰੀਜ਼ ਨੇ ਉਹਨਾਂ ਨੂੰ ਵੀ ਸ਼ੁਭਕਾਮਨਾਵਾਂ। ਅਤੇ ਅੱਜ ਇੱਕ ਹੋਰ ਵਿਸ਼ ਆਈਏ, ਇਕਬਾਲ ਹਟੂਰ ਜੀ ਦੇ ਵੱਲੋਂ ਵਿਸ਼ ਆਈਏ, ਭੁਪਿੰਦਰ ਸਿੰਘ ਹਟੂਰ ਪਟਵਾਰੀ ਹਟੂਰ ਹੈਗੇ ਨੇ। ਸੋ ਇਹਨਾਂ ਦੇ ਦੋਤਰ ਦੀ ਅੱਜ ਜਨਮਦਿਨ ਹੈਗਾ, ਜਿਹੜੇ ਕਿ ਕੈਨੇਡਾ ਦੇ ਵਿੱਚ ਨੇ, ਗੁਣ ਅਜੀਜ਼ ਜੀ, ਇਹਨਾਂ ਦਾ ਜਨਮਦਿਨ ਹੈ। ਸੋ ਇਹਨਾਂ ਦੇ ਵੱਲੋਂ ਇਹਨਾਂ ਦੇ ਪਰਿਵਾਰ ਨੂੰ ਵਧਾਈ ਆਈ ਹੈ ਇਕਬਾਲ ਸਿੰਘ ਜੀ ਦੇ ਵੱਲੋਂ। ਸੋ ਬਹੁਤ ਬਹੁਤ ਸ਼ੁਭਕਾਮਨਾਵਾਂ ਗੁਣ ਅਜੀਜ਼ ਨੂੰ ਵੀ, ਕੈਨੇਡਾ 'ਚ ਨੇ ਬੇਟਾ ਜੀ। ਸੋ ਆਓ ਜੀ ਗਾਣਾ ਇੰਜੋਏ ਕਰਦੇ ਹਾਂ ਜੀ, ਰੈਡੀ ਹੈ, ਗੋ ਫੋਰ ਇਟ। ਸੋ ਆਈ ਥਿੰਕ ਗਾਣਾ ਪਸੰਦ ਆਇਆ ਹੋਊਗਾ ਬਾਈ। ਸੋ ਅੱਜ ਦੇ ਦਿਨ ਦੇ ਉੱਪਰ ਇੱਦਾਂ ਦੇ ਗਾਣੇ ਬਣਦੇ ਆ। ਸੋ ਬੇਟੇ, ਜਿਹੜੇ ਤੁਸੀਂ ਕਾਲ ਕੀਤਾ ਸੀ, ਜੰਨਤ ਦੀ ਗੱਲ ਕਰ ਰਿਹਾ ਮੈਂ, ਜਿਨ੍ਹਾਂ ਨੇ ਕਿਹਾ ਸੀਗਾ ਮੈਂ ਲੌਂਗ ਇਲਾਚੀ ਵਾਲਾ ਗਾਣਾ ਸੁਣਨਾ। ਸੋ ਬੇਟਾ, ਇਹ ਤੁਹਾਡੇ ਲਈ ਵੀ ਸੀਗਾ, ਐਂਡ ਨੈਕਸਟ ਟਾਈਮ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਫਰਮਾਇਸ਼ ਪੂਰੀ ਕੀਤੀ ਜਾਏ। ਅੱਜ ਲਈ ਸੋਰੀ ਹੈ ਵੀ, ਸੋ ਪੇਰੈਂਟਸ ਨੂੰ ਪਤਾ ਹੈ ਕਿਉਂ, ਕਿ ਮੈਂ ਦੱਸ ਚੁੱਕਾ ਪਹਿਲਾਂ। ਕਾਲਰ ਰੈਡੀ ਨੇ ਗੱਲ ਕਰਦੇ ਹਾਂ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ? ਬਲਵਿੰਦਰ ਸਿੰਘ ਹੈ ਜੀ। ਅੱਛਾ ਜੀ, ਕਿੱਥੋਂ ਗੱਲ ਕਰ ਰਹੇ ਹੋ ਜੀ? ਅੰਬਾਲਾ ਸਿਟੀ। ਅੰਬਾਲਾ ਸਿਟੀ ਤੋਂ ਬਲਵਿੰਦਰ ਜੀ, ਸਵਾਗਤ ਹੈ ਤੁਹਾਡਾ। ਗਾਣਾ ਕਿਹੜੇ ਸਿੰਗਰ ਦਾ ਸੁਣਨਾ ਤੁਸੀਂ?
ਅੱਛਾ ਜੀ, ਰਾਜਵੀਰ ਜਵੰਦਾ ਜੀ ਦਾ ਸੁਣਨਾ ਚਾਹੁੰਦੇ ਹੋ, ਗਾਣਾ ਜ਼ਰੂਰ ਸੁਣਾਵਾਂਗੇ। ਤੇ ਬਲਵਿੰਦਰ ਜੀ ਕਰਦੇ ਕੀ ਹੋ? ਸਰ ਜੀ ਮੇਰਾ ਵੈਬਸਾਈਟ ਬਣਨ ਦਾ ਕੰਮ ਹੈਗਾ ਜੀ। ਕਾਹਦਾ ਕੰਮ ਹੈਗਾ ਸਰ? ਵੈਬਸਾਈਟ ਬਣਾ, ਵੈਬਸਾਈਟ ਵੈਬਸਾਈਟ ਡਿਜ਼ਾਈਨ ਕਰਦੇ ਹੋ ਮਤਲਬ? ਹਾਂਜੀ ਹਾਂਜੀ ਹਾਂਜੀ। ਕਿਆ ਬਾਤ ਹੈ ਯਾਰ, ਅੱਛੀ ਗੱਲ ਹੈ। ਅੱਜ ਦੀ ਮੈਂ ਗੱਲ ਵੀ ਵੈਸੇ ਉਹੀ ਕਰ ਰਿਹਾ ਸੀਗਾ ਕਿ ਅੱਜ ਦੇ ਟਾਈਮ ਦੇ ਵਿੱਚ ਟੈਕਨੀਕਲ ਹੋਣਾ ਕਿੰਨਾ ਕੁ ਜ਼ਰੂਰੀ ਹੈ, ਬੱਚਿਆਂ ਲਈ ਕਿੰਨਾ ਕੁ ਜ਼ਰੂਰੀ ਹੈ, ਐਜੂਕੇਸ਼ਨ ਦੀ ਗੱਲ ਕਰ ਲਈਏ ਜੇ। ਹਾਂਜੀ ਬਹੁਤ ਮੈਡਮ ਜੀ, ਬਹੁਤ ਬਹੁਤ ਅੱਛਾ ਕੰਮ ਹੈ ਜੀ, ਉੱਥੇ ਬਹੁਤ ਮਿਲਦੀ ਹੈ ਕੰਮ ਦੋਨਾਂ ਜੀ। ਵੈਸੇ ਜਿੱਥੇ ਗੱਲ ਕਰ ਰਹੇ ਹਾਂ, ਅੱਜ ਦੇ ਟਾਈਮ ਦੇ ਵਿੱਚ AI ਟੈਕਨੋਲੋਜੀ ਨੂੰ ਲੈ ਕੇ ਤੁਹਾਡਾ ਕੀ ਪ੍ਰੋਸਪੈਕਟਿਵ ਹੈਗਾ, ਜੇ ਮੈਂ ਪੁੱਛਾਂ ਤੁਹਾਨੂੰ AI ਨੂੰ ਲੈ ਕੇ ਕੀ ਸੋਚਦੇ ਹੋ? ਮੈਂ ਬਿਲਕੁਲ ਗਲਤ ਸਮਝਦਾ ਜੀ। ਹੈ AI ਬਿਲਕੁਲ ਗਲਤ ਹੈ ਜੀ, ਬਿਲਕੁਲ ਗਲਤ ਹੈ ਹਨਾ। ਵੈਸੇ ਬਹੁਤ ਜਾਣੇ ਇਸ ਚੀਜ਼ ਦਾ ਉਹ ਕਰ ਵੀ ਰਹੇ ਨੇ, ਪਰ AI ਨੂੰ ਕਿੰਨੇ ਇਨਵੈਂਟ ਕੀਤਾ, AI ਨੂੰ ਵੀ ਤਾਂ ਆਪਾਂ ਹੀ ਇਨਵੈਂਟ ਕੀਤਾ, ਕਮਾਂਡਾ ਦੇ ਦੇ ਕੇ ਕੰਪਿਊਟਰ ਨੂੰ। ਹਾਂ ਜੀ ਸੌਰੀ, ਜੋਬਸ ਘੱਟ ਜਾਣਗੀਆਂ ਜਾਂ ਆਉਣ ਵਾਲੇ ਟਾਈਮ ਦੇ ਵਿੱਚ AI ਜੇ ਜ਼ਿਆਦਾ ਐਡਵਾਂਸ ਹੋ ਰਹੀ ਹੈ ਜਿਸ ਤਰੀਕੇ ਨਾਲ ਅੱਜ ਦੇ ਟਾਈਮ ਦੇ ਵਿੱਚ ਹਨਾ, ਦੇਖ ਰਿਹਾ ਰੋਬੋਟਸ ਵੀ ਆ ਚੁੱਕੇ ਨੇ ਆਲਮੋਸਟ, ਜਿਹੜੇ AI ਰੋਬੋਟਸ ਨੇ। ਗਰੀਬ ਉਹ ਕਿੱਥੋਂ ਕੰਮ ਕਰੇਗਾ? ਰਾਈਟ ਰਾਈਟ ਰਾਈਟ, ਬਿਲਕੁਲ ਬਿਲਕੁਲ ਬਿਲਕੁਲ। ਤਾਂ ਹੀ ਇਹ ਗੱਲ ਕੀਤੀ ਮੈਂ, ਪੇਰੈਂਟਸ ਨੂੰ ਵੀ ਇਹ ਗੱਲ ਕੀਤੀ, ਬੱਚਿਆਂ ਦੀ ਸਟੱਡੀ ਦੇ ਉੱਪਰ ਖਾਸ ਕੰਸਨਟ੍ਰੇਟ ਕਰਨਾ ਹੈਗਾ ਅੱਜ ਦੇ ਟਾਈਮ ਦੇ ਵਿੱਚ, ਕਿਉਂਕਿ ਆਉਣ ਵਾਲਾ ਟਾਈਮ ਤੁਹਾਨੂੰ ਪਤਾ ਹੀ ਹੈ ਕਿਸ ਤਰੀਕੇ ਨਾਲ ਦੁਨੀਆ ਚੱਲ ਰਹੀ ਹੈ, ਚੱਲ ਨਹੀਂ ਰਹੀ, ਦੁਨੀਆ ਭੱਜ ਰਹੀ ਹੈ। ਸੋ ਅੱਛਾ ਲੱਗਿਆ ਜੀ ਗੱਲ ਕਰਕੇ, ਅਤੇ ਇਹਦਾ ਹੀ ਕਾਲ ਕਰਦੇ ਰਿਹਾ ਕਰੋ। ਸਵਾਲ ਪੁੱਛਿਆ ਸੀਗਾ ਹੁਣੇ, ਸਵਾਲ ਸੁਣਿਆ ਸੀ ਤੁਸੀਂ, ਕਿਹੜਾ ਸੀ? ਥੋੜਾ ਜਿਹਾ ਬਾਹਰ ਚਲੇ ਗਏ ਸੀ, ਤੇ ਥੋੜੇ ਜਿਹੇ ਤਾਂ ਅੰਦਰ ਹੀ ਸੀ ਤੁਸੀਂ। ਚਲੋ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਸੋ ਪ੍ਰੋਗਰਾਮ ਦੇਖਦੇ ਰਹੋ, ਮੈਂ ਤੁਹਾਨੂੰ ਫਿਲਹਾਲ ਗਾਣਾ ਸੁਣਾਉਣਾ, ਅਤੇ ਸ਼ੁਕਰੀਆ, ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਜੀ ਕਾਲ ਕਰਨ ਲਈ ਸ਼ੁਕਰੀਆ। ਸੋਮਵਾਰ, ਬੁੱਧਵਾਰ, ਸ਼ੁੱਕਰਵਾਰ, ਹਫ਼ਤੇ 'ਚ ਇਹ 3 ਦਿਨ ਯਾਦ ਰੱਖਣੇ ਆ ਬਸ, ਜੇ ਥੋੜ੍ਹਾ ਜਿਹਾ ਮਾਇੰਡ ਨੂੰ ਰਿਲੈਕਸ ਕਰਨਾ ਹੈ, ਜੇ ਗੱਲ ਕਰਨੀ ਆ ਪ੍ਰੋਗਰਾਮ 'ਚ, ਇਹ 3 ਦਿਨ ਯਾਦ ਰੱਖਣੇ ਆ, ਟਾਈਮ ਯਾਦ ਰੱਖਣਾ, ਦੁਪਹਿਰ ਨੂੰ 2 ਵਜੇ ਚੈਨਲ ਯਾਦ ਰੱਖਣੇ ਆ, ਚੜ੍ਹਦੀ ਕਲਾ Time TV, ਅਤੇ ਜੇ ਕਾਲ ਕੀਤੀ ਹੋਈ ਦੁਬਾਰਾ ਸੁਣਨੀ ਹੈ ਤਾਂ ਕਿੱਥੇ ਜਾਣਾ ਪਤਾ ਹੀ ਹੈ, ਚੜ੍ਹਦੀ ਕਲਾ Time TV ਪ੍ਰਾਈਮ YouTube 'ਤੇ। ਗਾਣਾ ਰੈਡੀ, ਇੰਜੋਏ ਕਰਦੇ ਹਾਂ। ਕਾਲਰ ਨਾਲ ਗੱਲ ਕਰਦੇ ਹਾਂ ਜੀ। ਹੈਲੋ, ਹਾਂਜੀ, ਕੀ ਹਾਲ ਸਾਹਿਬ ਜੀ? ਵਧੀਆ ਸਰ ਜੀ, ਤੁਸੀਂ ਸੁਣਾਓ ਕੀ ਹਾਲ ਨੇ ਤੁਹਾਡੇ? ਕੀ ਹੈ? ਹਾਂ ਹਾਂ ਠੀਕ ਹੈ। ਵੈਲਕਮ, ਸਵਾਗਤ ਜੀ ਤੁਹਾਡਾ। ਦਰਸ਼ਕਾਂ ਨੂੰ ਨਾਮ ਦੱਸ ਦਿਓ, ਸ਼ਹਿਰ ਦਾ ਨਾਮ ਦੱਸ ਦਿਓ। ਪਿੰਡ ਨਸ਼ਹਿਰਾ ਢਾਲਾ ਤਮਤਮ ਜ਼ਿਲ੍ਹੇ ਚ ਜੀ, ਤੇ ਨਾਮ ਨਹੀਂ ਦੱਸਿਆ, ਦੇਖ ਲਓ। ਹਰਦੀਪ। ਹਰਦੀਪ ਜੀ, ਤੇ ਗਾਣਾ ਦੱਸ ਦਿਓ ਹਰਦੀਪ ਜੀ। ਗਾਣਾ ਕਿਹੜੇ ਸਿੰਗਰ ਦਾ ਸੁਣਨਾ? ਹਰਭਜਨ ਮਾਨ ਦਾ। ਹਰਭਜਨ ਮਾਨ ਦਾ ਸੁਣਨਾ ਚਾਹੁੰਦੇ ਹੋ, ਜ਼ਰੂਰ ਸੁਣਾਵਾਂਗੇ। ਤੇ ਹਰਦੀਪ ਜੀ, ਸਵਾਲ ਸੁਣਿਆ ਸੀ? ਮੈਂ ਸਵਾਲ ਨਹੀਂ ਸੁਣਿਆ, ਅੱਜ ਲੇਟ ਹੋ ਗਏ ਜੀ ਅੱਜ। ਹੈ ਚਲੋ,
ਦੇਰ ਆਏ ਦਰੁਸਤ ਆਏ, ਕੋਈ ਗੱਲ ਨਹੀਂ। ਮੈਂ ਫਿਰ ਇੱਕ ਵਾਰ ਦੱਸ ਰਿਹਾ ਦਰਸ਼ਕਾਂ ਲਈ ਵੀ ਦੱਸ ਰਿਹਾ, ਸਵਾਲ ਸੀਗਾ ਤੁਹਾਡੇ ਵਰਗੇ ਹੀ ਕਾਲਰ ਮਾਸਟਰ ਰਤਨ ਜੀ ਵੱਲੋਂ ਸੀਗਾ ਸਵਾਲ, ਅਤੇ ਸਵਾਲ ਨੌਲੇਜ ਵਾਲਾ ਸੀਗਾ, ਹਿਸਟਰੀ ਦਾ ਸੀਗਾ, ਬੱਚਿਆਂ ਦੀ ਨੌਲੇਜ ਵਧਾ ਸਕਦੇ ਹਾਂ, ਆਪਦੀ ਨੌਲੇਜ ਵਧਾ ਸਕਦੇ ਹਾਂ। ਅਤੇ ਨਹੀਂ ਉਹ ਮੇਰੇ ਕੋਲ ਨਿਕਲਦਾ ਨਹੀਂ। ਕੀ ਕਹਿ ਰਹੇ ਹੋ? ਨਹੀਂ ਨਿਕਲਦਾ ਸੋਚੋ। ਅੱਛਾ, ਪਹਿਲਾਂ ਹੀ ਹਾਰ ਮੰਨ ਲਈ ਕਿ ਜਵਾਬ ਹੀ ਨਹੀਂ ਪਤਾ ਲੱਗਣਾ? ਨਹੀਂ ਹਾਰ, ਮੈਂ ਇੰਨਾ ਪੜ੍ਹਿਆ ਹੀ ਨਹੀਂ ਹੈ। ਮੈਂ ਪੜ੍ਹਿਆ ਨਹੀਂ, ਇਹ ਸੁਣੇ ਵਾਲੀ ਵੀ ਗੱਲ ਹੈ। ਨਹੀਂ ਸੁਣਿਆ ਵੀ ਫਿਰ ਕਰ। ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਨੇ ਸਾਡੀ ਹਿਸਟਰੀ ਦੀਆਂ ਜਿਹੜੀਆਂ ਅਸੀਂ ਸਿਰਫ ਪੜ੍ਹੀਆਂ ਨਹੀਂ ਆ, ਅਸੀਂ ਜਿਨ੍ਹਾਂ ਨੇ ਪੜ੍ਹੀਆਂ ਨੇ ਉਹਨਾਂ ਤੋਂ ਸੁਣੀਆਂ ਵੀ ਨੇ। ਸੋ ਇਹ ਸਵਾਲ ਉੱਦਾਂ ਦਾ ਹੀ ਆ। ਚਲੋ ਕੋਈ ਗੱਲ ਨਹੀਂ, ਮੈਂ ਸਵਾਲ ਰਿਪੀਟ ਜ਼ਰੂਰ ਕਰਾਂਗਾ। ਤੁਸੀਂ ਕਾਲ ਕੀਤਾ ਉਹਦੇ ਲਈ ਧੰਨਵਾਦ ਹੈ। ਸਵਾਲ ਮੈਂ ਰਿਪੀਟ ਕਰ ਰਿਹਾ ਬਾਕੀਆਂ ਲਈ ਵੀ। ਸਵਾਲ ਇਹ ਹੈਗਾ ਕਿ ਇੱਦਾਂ ਦਾ ਕੋਈ ਬਾਦਸ਼ਾਹ ਹੋਇਆ ਕਿ ਜਿਹਦਾ ਬੇਟਾ ਬਿਮਾਰ ਸੀ, ਉਹਨੇ ਆਪਦੇ ਬੇਟੇ ਦੇ ਬਦਲੇ ਰੱਬ ਨੂੰ ਇਹ ਦੁਆ ਕੀਤੀ ਕਿ ਮੈਂ ਮਰਨ ਨੂੰ ਤਿਆਰ ਹਾਂ ਪਰ ਇਹ ਠੀਕ ਹੋ ਜਾਏ। ਐਕਸਚੇਂਜ ਸਾਰਿਆਂ ਨੇ ਆਲਮੋਸਟ ਸੁਣਿਆ ਹੀ ਹੈ। ਇੰਨਾ ਲੰਬਾ ਚੌੜਾ ਹਿਸਾਬ ਨੀ ਰੱਖਦੇ, ਹੁਣ ਤੱਕ ਦਾ ਰੱਖਦੇ ਆ ਬਸ ਕਿ ਅੱਜ ਕਿੰਨੇ ਕੇ ਹੈਗੇ ਆ। ਅੱਛੀ ਗੱਲ ਹੈ, ਚਲੋ ਕੋਈ ਗੱਲ ਨੀ। ਪਰ ਇੰਨੇ ਵੀ ਆਪਾਂ ਉਹ ਨਹੀਂ ਹੋ ਗਏ, ਹਰ ਇੱਕ ਦਾ ਆਪਦਾ ਆਪਦਾ ਤਰੀਕਾ ਹੈਗਾ ਲਾਈਫ ਨੂੰ ਸੋਚਣ ਦਾ, ਲਾਈਫ ਨੂੰ ਲੈ ਕੇ। ਪਰ ਜਿੱਥੇ ਅੱਜ ਦੀ ਗੱਲ ਕਰ ਰਿਹਾ, ਹੁਣੇ ਥੋੜ੍ਹੀ ਦੇਰ ਪਹਿਲਾਂ ਇੱਕ ਗੱਲ ਕੀਤੀ ਆ ਮੈਂ AI ਦੀ ਗੱਲ ਕੀਤੀ ਆ, ਔਰ ਜਿਨ੍ਹਾਂ ਨੂੰ ਨਹੀਂ ਪਤਾ AI ਕੀ ਆ ਮੈਂ ਦੱਸਦਾ। AI ਹੈਗੀ ਆ ਅੱਜ ਦੀ ਸਾਇੰਸ ਦੇ ਵਿੱਚ ਜੇ ਗੱਲ ਕੀਤੀ ਜਾਏ, ਟੈਕਨੀਕਲੀ ਗੱਲ ਕੀਤੀ ਜਾਏ, ਆਰਟੀਫਿਸ਼ੀਅਲ ਇੰਟੈਲੀਜੈਂਸ, ਜਿਹੜਾ ਕਿ ਇਹ ਹੈਗਾ ਕਿ ਜਿਵੇਂ ਕੁਛ ਕੰਮ ਆਪਾਂ ਆਪਣੇ ਹੱਥਾਂ ਨਾਲ ਕਰਦੇ ਹਾਂ ਔਰ ਕੁਛ ਚੀਜ਼ਾਂ ਅਸੀਂ ਕੰਪਿਊਟਰ 'ਤੇ ਵੀ ਆਪਦੇ ਹੱਥਾਂ ਨਾਲ ਕਰਦੇ ਹਾਂ, ਔਰ ਇਹ ਇੱਦਾਂ ਦੀ ਟੈਕਨੋਲੋਜੀ ਅੱਗੇ ਐਡਵਾਂਸ ਆ ਚੁੱਕੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਸਿਰਫ ਜਿਵੇਂ ਤੁਸੀਂ ਮੋਬਾਈਲ ਫੋਨ ਚਲਾ ਰਹੇ ਹੋ ਤਾਂ ਇੱਕ ਆਪਸ਼ਨ ਹੁੰਦੀ ਹੈ ਨਾ ਉਹਦੇ 'ਤੇ, ਸਿਰੀ ਵਾਲੀ ਆ, ਅਲੈਕਸਾ ਵਾਲੀ, ਉਹ AI ਟੈਕਨੋਲੋਜੀਜ਼ ਹੀ ਹੈ ਕਿ ਤੁਸੀਂ ਸਿਰਫ ਕਮਾਂਡ ਕਰਦੇ ਹੋ, ਬਾਕੀ ਸਾਰਾ ਕੁਛ ਕੰਪਿਊਟਰ ਆਟੋਮੈਟਿਕ ਕਰ ਰਿਹਾ, ਸਾਰਾ ਕੁਛ ਉਹ ਚੀਜ਼ਾਂ ਨੂੰ ਕਰ ਰਿਹਾ। ਸੋ ਉੱਥੇ ਇਸ ਚੀਜ਼ ਦੀ ਗੱਲ ਹੋ ਰਹੀ ਸੀ, ਸੋ AI ਟੈਕਨੋਲੋਜੀ ਨੂੰ ਲੈ ਕੇ ਗੱਲ ਹੋ ਰਹੀ ਹੈ। ਸੋ ਇਹਦੇ ਲਈ ਚੀਜ਼ਾਂ ਲਈ ਤੁਹਾਨੂੰ ਪਤਾ ਸਟੱਡੀ ਔਰ ਬੱਚਿਆਂ ਨੂੰ ਨੌਲੇਜ ਹੋਣੀ ਜ਼ਰੂਰੀ ਹੈ, ਇਸ ਕਰਕੇ ਕਹਿ ਰਿਹਾ। ਪਹਿਲੀ ਪਿਓਰਿਟੀ ਬੱਚਿਓ, ਜੇ ਪੜ੍ਹ ਰਹੇ ਹੋ ਤਾਂ ਪਲੀਜ਼ ਥੋੜ੍ਹਾ ਜਿਹਾ ਸਾਇੰਸ ਦੇ ਵਿੱਚ ਵੀ ਧਿਆਨ ਦੇਣਾ ਔਰ ਆਪਦੀ ਪੜ੍ਹਾਈ ਦੇ ਵਿੱਚ ਬਿਲਕੁਲ ਧਿਆਨ ਦੇਣਾ, ਕਿਉਂਕਿ ਤੁਹਾਡੇ ਕਰੀਅਰ ਦਾ ਸਵਾਲ ਹੈ। ਅੱਜ ਦੇ ਟਾਈਮ ਦੇ ਵਿੱਚ ਸਿਰਫ ਆਪਾਂ ਮੌਜ ਮਸਤੀ ਨਹੀਂ ਦੇਖਣੀ, ਕਿਉਂਕਿ ਜਦੋਂ ਸਮਾਂ ਲੰਘ ਜਾਂਦਾ ਉਦੋਂ ਜਾ ਕੇ ਚੀਜ਼ ਬਾਰੇ ਰਿਅਲਾਈਜ਼ ਹੁੰਦਾ ਔਰ ਇਹ ਚੀਜ਼ਾਂ ਬੰਦਾ ਐਂ ਨਹੀਂ ਗੱਲ ਕਰਦਾ ਹੁੰਦਾ। ਸੋ ਜੇ ਐਕਸਪੀਰੀਅੰਸ ਹੁੰਦਾ ਥੋੜ੍ਹਾ ਬਹੁਤ, ਅਸੀਂ ਵੀ ਇਸ ਚੀਜ਼ਾਂ ਬਾਰੇ ਸੋਚਦੇ ਹਾਂ ਤਾਂ ਗੱਲ ਕਰਦੇ ਹਾਂ ਕਿ ਤੁਹਾਡੀ ਲਾਈਫ ਵਧੀਆ ਤਰੀਕੇ ਨਾਲ ਬਣੇ। ਗਾਣਾ ਰੈਡੀ ਹੈ, ਗਾਣਾ ਇੰਜੋਏ ਕਰਦੇ ਹਾਂ। ਗੱਲ ਕਰਦੇ ਹਾਂ ਕਾਲਰ ਨਾਲ। ਹੈਲੋ, ਹਾਂਜੀ ਸਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ, ਨਾਮ ਦੱਸ ਦਿਓ, ਸ਼ਹਿਰ ਦਾ ਨਾਮ ਦੱਸ ਦਿਓ ਜੀ। ਸਰ ਜੀ, ਮੈਂ ਭਤਿੰਦਰ ਸਿੰਘ ਪਟਵਾਰੀ ਅਠੂਰ ਤੋਂ ਬੋਲਦਾ ਜੀ। ਅੱਛਾ ਜੀ, ਬਹੁਤ ਬਹੁਤ ਮੁਬਾਰਕਾਂ ਜੀ ਦੋਤਰੇ ਦੇ ਜਨਮ ਦਿਨ ਦੀਆਂ। ਹਾਂਜੀ ਸਰ ਜੀ, ਧੰਨਵਾਦ ਜੀ, ਸਾਡਾ ਧੰਨਵਾਦ ਜੀ ਸਰ ਜੀ ਦੋਤੇ ਦੇ। ਜੀ 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 ਜੀ, ਇਕਬਾਲ ਜੀ ਦੇ ਵੱਲੋਂ ਮੈਸੇਜ ਆਇਆ ਸੀਗਾ ਤੇ ਕਾਲ ਕਰਦੇ ਕਰਦੇ ਤੇ ਮੈਂ ਕਿਹਾ ਚਲੋ ਵਧਾਈ ਦਿੱਤੀ ਜਾਏ ਆਪ ਜੀ ਦੇ। ਉਹਨਾਂ ਨੇ ਕਿਹਾ ਕਿ ਆਪ ਜੀ ਦੇ ਦੋਤਰੇ ਦਾ ਜਨਮ ਦਿਨ ਹੈ ਗੁਣ ਅਜ਼ੀਜ਼ ਦੇ ਕੈਨੇਡਾ ਦੇ ਵਿੱਚ। ਹਾਂਜੀ ਸਰ ਜੀ, ਤੁਹਾਨੂੰ ਵੀ ਬਹੁਤ ਮੁਬਾਰਕਾਂ ਜੀ। ਜੀ 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 ਜੀ, ਤੇ ਬਹੁਤ ਅੱਛਾ ਲੱਗਿਆ ਜੀ ਔਰ ਤੁਸੀਂ ਕਾਲ ਕੀਤਾ ਹੈ ਸਾਡਾ ਵੱਲੋਂ। ਫਿਰ ਤੋਂ ਤੁਹਾਡੇ ਪੂਰੇ ਪਰਿਵਾਰ ਨੂੰ ਬਹੁਤ ਢੇਰ ਸਾਰੀਆਂ ਸ਼ੁਭਕਾਮਨਾਵਾਂ, ਆਪ ਜੀ ਦੇ ਦੋਤਰੇ ਦੇ, ਆਪ ਜੀ ਦੀ ਬੇਟੀ ਦੇ ਪਰਿਵਾਰ ਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ। ਪਰਮਾਤਮਾ ਆਪ ਜੀ ਨੂੰ ਖੁਸ਼ ਰੱਖੇ, ਸਭ ਨੂੰ ਖੁਸ਼ ਰੱਖੇ, ਚੜ੍ਹਦੀਆਂ ਕਲਾਂ 'ਚ ਬਣਾਈ ਰੱਖੇ। ਸ਼ੁਕਰੀਆ ਜੀ, ਸ਼ੁਕਰੀਆ ਜੀ ਭੁਪਿੰਦਰ ਜੀ, ਕਾਲ ਕਰਨ ਲਈ ਧੰਨਵਾਦ ਹੈ ਤੁਹਾਡਾ, ਮਿਹਰਬਾਨੀ ਸਰ।
ਜ਼ਰੂਰ ਸੁਣਾਉਂਦੇ ਹਾਂ ਜੀ, ਐਮੀ ਵਿਰਕ ਦਾ ਹੀ ਗਾਣਾ ਸੁਣਾਵਾਂਗੇ ਜੀ। ਆਪ ਜੀ ਨੇ ਕਾਲ ਕੀਤਾ, ਜੇ ਤੁਹਾਡੀ ਫਰਮਾਇਸ਼ ਹੈ ਤਾਂ ਜ਼ਰੂਰ ਪੂਰੀ ਕੀਤੀ ਜਾਏਗੀ। ਮਿਹਰਬਾਨੀ ਕਾਲ ਕਰਨ ਲਈ, ਧੰਨਵਾਦ ਜੀ। ਹਾਂਜੀ, ਸ਼ੁਕਰੀਆ, ਸ਼ੁਕਰੀਆ ਜੀ, ਮਿਹਰਬਾਨੀ। ਹਰ ਇੱਕ ਦਾ ਚਾਅ ਹੁੰਦਾ ਹੈ ਨਾ, ਹੈ ਨਾ। ਸੋ ਇਹ ਚਾਅ ਬਣੇ ਰਹਿਣ, ਕਿਹਦੇ ਨਾਲ ਬਣੇ ਰਹਿੰਦੇ ਆ ਇਹ ਚਾਹ? ਇਹ ਚਾਹ ਬਣੇ ਰਹਿੰਦੇ ਆ ਸਾਡੀ ਫੈਮਿਲੀ ਦੇ ਨਾਲ, ਸਾਡੇ ਜਿਹੜੇ ਆਪਦੀ ਰਿਲੇਸ਼ਨਸ ਹੁੰਦੇ ਆ ਇਹਨਾਂ ਦੇ ਨਾਲ ਇਹ ਚਾਹ ਬਣੇ ਰਹਿੰਦੇ ਆ। ਸੋ ਇਹ ਚਾਹ ਇੱਦਾਂ ਹੀ ਬਣਾ ਕੇ ਰੱਖਣੇ ਆ, ਕਿਉਂਕਿ ਫੈਮਿਲੀ ਦੇ ਨਾਲ ਰਹਿਣਾ ਹਮੇਸ਼ਾ। ਫੈਮਿਲੀ ਬਣੀ ਰਹੇਗੀ ਤਾਂ ਅਸੀਂ ਸਾਰੇ ਖੁਸ਼ ਰਹਾਂਗੇ, ਕਿਉਂਕਿ ਤੁਸੀਂ ਇਹ ਚੀਜ਼ਾਂ ਦੇਖੀਆਂ ਵੀ, ਜਿਹੜਾ ਫੈਮਿਲੀ ਤੋਂ ਦੂਰ ਰਹਿੰਦਾ ਉਹਦੀ ਲਾਈਫ ਥੋੜ੍ਹੀ ਡਿਸਟਰਬ ਚੱਲਦੀ ਰਹਿੰਦੀ ਹੈ, ਕਿਉਂਕਿ ਔਖੇ ਟਾਈਮ 'ਚ ਹਮੇਸ਼ਾ ਕੌਣ ਸਾਥ ਦਿੰਦਾ? ਫੈਮਿਲੀ ਦਿੰਦੀ ਹੈ। ਸੋ ਫੈਮਿਲੀ ਨੂੰ ਫਸਟ ਪ੍ਰੈਫਰੈਂਸ ਦਿਆ ਕਰੋ। ਗਾਣਾ ਰੈਡੀ ਹੈ, ਇੰਜੋਏ ਕਰਦੇ ਹਾਂ। ਕਾਲਰ ਨਾਲ ਗੱਲ ਕਰਦੇ ਹਾਂ। ਹੈਲੋ, ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕੀ ਨਾਮ ਹੈ ਜੀ, ਕਿੱਥੋਂ ਗੱਲ ਕਰ ਰਹੇ ਹੋ? ਅਮਰੀਕਾ ਤੋਂ ਜੀ। ਅਮਰੀਕਾ ਤੋਂ? ਅਮਰੀਕਾ ਤੋਂ ਕਿ ਮੈਨੂੰ ਸਮਝ ਨਹੀਂ ਆਇਆ, ਸੋਰੀ। ਹਾਂਜੀ, ਫਿਰੋਜ਼ਪੁਰ ਤੋਂ। ਹਾਂਜੀ, ਫਿਰੋਜ਼ਪੁਰ ਤੋਂ ਗੱਲ ਕਰ ਰਹੇ ਹੋ? ਫਿਰੋਜ਼ਪੁਰ ਔਰ ਅਮਰੀਕਾ 'ਚ ਕਿੰਨਾ ਫਰਕ ਹੈ ਯਾਰ, ਪਰ ਅਮਰੀਕਾ ਕਿਉਂ ਸੁਣ ਰਿਹਾ ਸੀ ਦਰਸ਼ਕੋ? ਤੁਹਾਨੂੰ ਵੀ ਸੁਣਿਆ ਸ਼ਾਇਦ, ਮੇਰੇ ਹੀ ਕੰਨ ਵੱਜੇ ਹੋਣਗੇ। ਚਲੋ ਕੋਈ ਗੱਲ ਨਹੀਂ, ਸਵਾਗਤ ਹੈ ਤੁਹਾਡਾ। ਗਾਣਾ ਕਿਹੜੇ ਸਿੰਗਰ ਦਾ ਸੁਣਨਾ ਤੁਸੀਂ? ਸਿੱਧੂ ਮੂਸੇਵਾਲੇ ਦਾ ਜੀ। ਅੱਛਾ ਜੀ, ਸਿੱਧੂ ਮੂਸੇਵਾਲੇ ਦਾ ਸੁਣਨਾ ਚਾਹੁੰਦੇ ਹੋ, ਤੇ ਮੈਨੂੰ ਇਹ ਦੱਸੋ ਕਿ ਜਨਾਬ ਕਰਦੇ ਕੀ ਹੋ ਤੁਸੀਂ? ਹਾਂਜੀ, ਮੈਂ ਕਿਹਾ ਕਰਦੇ ਕੀ ਹੋ ਤੁਸੀਂ? ਖੇਤੀਬਾੜੀ ਦਾ ਕੰਮ। ਖੇਤੀਬਾੜੀ ਕਰਦੇ ਹੋ? ਖੇਤੀਬਾੜੀ ਕਰਦੇ ਹੋ, ਤੇ ਮੈਂ ਜੇ ਇਹ ਜਾਣਨਾ ਚਾਹਾਂ, ਮੈਂ ਪਹਿਲਾਂ ਵੀ ਬਹੁਤ ਵੀਰਾਂ ਤੋਂ ਸਵਾਲ ਪੁੱਛਿਆ, ਕਿਸਾਨ ਵੀਰਾਂ ਤੋਂ ਵੀ ਪੁੱਛੇ ਹੈ, ਤੁਹਾਡੇ ਤੋਂ ਵੀ ਜ਼ਰੂਰ ਪੁੱਛਾਂਗਾ, ਕਦੀ ਲਾਈਫ ਦੇ ਵਿੱਚ ਇਹ ਚੀਜ਼ ਦਿਮਾਗ 'ਚ ਆਈ ਹੈ ਕਿ ਯਾਰ ਜੇ ਮੈਂ ਖੇਤੀ ਨਾ ਕਰਦਾ ਹੁੰਦਾ ਤਾਂ ਹੋਰ ਕੀ ਕਰਦੇ ਹੁੰਦੇ ਤੁਸੀਂ? ਕੀ ਕਹਿ ਰਹੇ ਹੋ? ਆਵਾਜ਼ ਕੱਟ ਰਹੀ ਆਪ ਜੀ ਦੀ। ਹਾਂਜੀ, ਮੈਂ ਕਿਹਾ ਜੀ ਆਵਾਜ਼ ਕੱਟ ਰਹੀ ਹੈ ਤੁਹਾਡੀ। ਕੀ ਆਉਂਦੀ ਪਈ ਜੀ? ਸੋਰੀ ਸਰ, ਮੈਂ ਆਵਾਜ਼ ਆ ਰਹੀ ਹੈ ਪਰ ਆਵਾਜ਼ ਥੋੜ੍ਹੀ ਕੱਟ ਕੇ ਆ ਰਹੀ ਹੈ। ਪਲੀਜ਼ ਨੈਕਸਟ ਟਾਈਮ ਜਦੋਂ ਵੀ ਕਾਲ ਕਰੋਗੇ ਥੋੜ੍ਹਾ ਧਿਆਨ ਰੱਖਣਾ, ਥੋੜ੍ਹਾ ਜਿਹਾ ਨੈਟਵਰਕ ਦੇ ਵਿੱਚ ਹੋ ਕੇ ਗੱਲ ਕਰਨੀ ਹੈ। ਸੋ ਮੈਂ ਪਲੀਜ਼ ਫਿਰ ਤੋਂ ਤੁਹਾਨੂੰ ਦੱਸਦਾ ਕਿ ਜਦੋਂ ਵੀ ਕਾਲ ਕਰਦੇ ਹਾਂ ਥੋੜ੍ਹਾ ਜਿਹਾ ਆਪਦਾ ਧਿਆਨ ਰੱਖਣਾ ਹੁੰਦਾ। ਕਹਿਣ ਦਾ ਮਤਲਬ ਇਹ ਆ ਕਿ ਇੱਕ ਤਾਂ ਟੀ ਵੀ ਤੋਂ ਦੂਰ ਹੋਣਾ, ਇੱਕ ਟੀ ਵੀ ਦੀ ਆਵਾਜ਼ ਘੱਟ ਰੱਖਣੀ ਹੈ, ਪਲੱਸ ਇੱਕ ਫੋਨ ਦਾ ਨੈਟਵਰਕ ਚੈੱਕ ਕਰਨਾ, ਮੋਬਾਈਲ ਨੈੱਟ ਦਾ ਆਪਣਾ ਆਫ ਕਰ ਦਿਆ ਕਰੋ ਜਿਹੜਾ ਹੁੰਦਾ, ਫਿਰ ਕਾਲ ਕਰਿਆ ਕਰੋ। ਗਾਣਾ ਸੁਣਾਉਂਦੇ ਹਾਂ, ਬਿਲਕੁਲ ਰੈਡੀ ਹੈ, ਆ ਜਾਓ। ਟੀ ਵੀ ਸਕਰੀਨ 'ਤੇ ਨੰਬਰ ਚੱਲ ਰਿਹਾ ਹੈ 9161961162, ਇਸ ਨੰਬਰ 'ਤੇ ਕਾਲ ਕਰਨਾ ਹੈ। ਅਤੇ ਹਾਂ, ਕੀ ਕਰਨਾ, ਤੁਹਾਨੂੰ ਪਤਾ, ਗਾਣਾ ਸੁਣ ਸਕਦੇ ਹੋ। ਹਫ਼ਤੇ 'ਚ 3 ਦਿਨ ਪ੍ਰੋਗਰਾਮ ਹੈਗਾ ਭਾਈ। ਸੋ ਮੈਂ ਫਿਰ ਤੋਂ ਦੱਸਦਾ, ਜਿਹੜੇ ਕਹਿੰਦੇ ਨੇ ਕਿ ਸਾਡਾ ਕਾਲ ਨਹੀਂ ਲੱਗਦਾ, ਇਸ ਟਾਈਮ ਬਿਲਕੁਲ ਫ੍ਰੀ ਹੈ ਲਾਈਨ, ਚੱਕ ਲਓ ਮੌਕੇ ਦਾ ਫਾਇਦਾ, ਮਾਰ ਦਿਓ ਮੌਕੇ ਦਾ ਚੌਕਾ। ਅਤੇ ਆਹ ਸਾਰਾ ਕੁਛ ਨੋਟ ਕਰਨਾ, ਇੱਥੇ ਇੱਥੇ ਜਾ ਕੇ ਫੋਲੋ ਕਰਨਾ, ਇੰਸਟਾਗ੍ਰਾਮ, ਟਵਿੱਟਰ, ਫੇਸਬੁੱਕ ਅਤੇ ਯੂਟਿਊਬ। ਮੈਂ ਦੱਸ ਹੀ ਦਿੱਤਾ ਕਿ ਜੇ ਕਾਲ ਸੁਣਨਾ ਤਾਂ ਝੜਦੀ ਗੱਲਾਂ ਟਾਈਮ ਟੀ ਵੀ ਉੱਪਰ ਆਏ, ਸਿੰਪਲ ਜਿਹਾ ਕੰਮ ਹੈ, ਬਸ ਕਾਲ ਕਰਨਾ ਹੈ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ, ਔਰ ਗੱਲਾਂ ਬਾਤਾਂ ਜਿਵੇਂ ਆਪਾਂ ਕਰ ਰਹੇ ਹਾਂ, ਮੈਂ ਫਿਰ ਤੋਂ ਉੱਥੇ ਹੀ ਆ ਰਿਹਾ, ਉਸੇ ਗੱਲ ਦੇ ਉੱਪਰ ਆ ਰਿਹਾ। ਔਰ ਸਵਾਲ ਮੈਂ ਇੱਕ ਵਾਰੀ ਫਿਰ ਰਿਪੀਟ ਕਰ ਰਿਹਾ ਜਿਹੜਾ ਤੁਹਾਡੇ 'ਚੋਂ ਇੱਕ ਕਾਲਰ ਨੇ ਕੀਤਾ ਹੈਗਾ, ਜੇ ਤੁਹਾਨੂੰ ਨਹੀਂ ਪਤਾ ਜਾਂ ਹੁਣੇ ਹੁਣੇ ਟੀ ਵੀ ਸਕਰੀਨ ਲਗਾਈ ਹੈ ਤਾਂ ਸਵਾਲ ਸੁਣ ਲਓ, ਫਿਰ ਤੋਂ ਸਵਾਲ ਦੱਸ ਰਿਹਾ। ਨੌਲੇਜ ਵਾਲਾ ਸਵਾਲ ਹੈ, ਬੱਚਿਆਂ ਦੀ ਨੌਲੇਜ ਦਾ ਸਵਾਲ ਹੈ। ਸੋ ਕਿਤੇ ਵੀ ਇਹ ਸਵਾਲ ਆ ਸਕਦਾ ਹੈ, ਕਿਤੇ ਵੀ, ਕਿਤੇ ਵੀ। ਸਵਾਲ ਇਹ ਸੀਗਾ ਜੀ, ਐਸਾ ਕਿਹੜਾ ਕਿੰਗ ਸੀ, ਬਾਦਸ਼ਾਹ ਸੀਗਾ, ਜਿਹਦਾ ਬੇਟਾ ਬਿਮਾਰ ਸੀ, ਦਵਾਈਆਂ ਨਾਲ ਠੀਕ ਨਹੀਂ ਹੋਇਆ। ਸੋ ਫਾਈਨਲੀ ਜਦੋਂ ਕਹਿੰਦੇ ਆ ਨਾ ਕਿ ਰੱਬ ਅੱਗੇ ਦੁਆ ਕਰੋ, ਫਿਰ ਇਹੀ ਚੀਜ਼ ਹੋਈ। ਅਗਲੇ ਨੇ ਦੁਆ ਕੀਤੀ ਉਸ ਬਾਦਸ਼ਾਹ ਨੇ ਰੱਬ ਅੱਗੇ ਕਿ ਮੈਂ ਫਰਿਆਦ ਕੀਤੀ ਕਿ ਭਾਈ ਮੈਂ ਮਰਨ ਨੂੰ ਤਿਆਰ ਹਾਂ, ਮੇਰਾ ਬੇਟਾ ਠੀਕ ਹੋ ਜਾਏ। ਤਾਂ ਇੱਦਾਂ ਹੀ ਹੋਇਆ, ਉਹਦਾ ਬੇਟਾ ਹੌਲੀ ਹੌਲੀ ਠੀਕ ਹੋ ਗਿਆ, ਉਹ ਬਾਦਸ਼ਾਹ ਬਿਮਾਰ ਹੋ ਗਿਆ। ਸੋ ਇਹ ਫਿਰ ਉਹ ਐਟ ਦਾ ਐਂਡ ਜੀ ਹਾਂ,
ਸੋ ਉਹ ਬਾਦਸ਼ਾਹ ਦੱਸਣਾ ਤੁਸੀਂ ਕੌਣ ਹੈ ਔਰ ਤੁਸੀਂ ਸਭ ਨੇ ਉਹਦਾ ਨਾਮ ਸੁਣਿਆ ਔਰ ਉਹਦੇ ਬੇਟੇ ਦਾ ਵੀ ਅੱਜ ਐਪੀਸੋਡ ਦੇ ਲਾਸਟ 'ਤੇ ਜ਼ਰੂਰ ਦੱਸਾਂਗੇ ਜੇ ਕੋਈ ਗੈਸ ਨਹੀਂ ਕਰ ਪਾਉਂਦਾ ਸੋ ਗੈਸ ਕਰੋ ਚੀਟਿੰਗ ਨਹੀਂ ਕਰਨੀ ਯਾਰ ਪਲੀਜ਼ ਨੌਲੇਜ ਵਾਲੀ ਗੱਲ ਹੈ ਇੰਨੇ ਗਾਣਾ ਜ਼ਰੂਰ ਸੁਣਾ ਦਿੰਦਾ ਜਦੋਂ ਤੱਕ ਕੋਈ ਕਾਲਰ ਜੁੜਦੇ ਹਾਂ ਸਾਡੇ ਨਾਲ ਆਓ ਗਾਣਾ ਰੈਡੀ ਹੈ ਗਾਣਾ ਇੰਜੋਏ ਕਰਦੇ ਹਾਂ ਕਾਲਰ ਰੈਡੀ ਗੱਲ ਕਰਦੇ ਹਾਂ ਹੈਲੋ ਸਤਿ ਸ਼੍ਰੀ ਅਕਾਲ ਜੀ ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੈਲਕਮ ਹੈ ਤੁਹਾਡਾ ਜੀ ਆਪਣਾ ਪਹਿਲਾਂ ਨਾਮ ਦੱਸਣਾ ਸ਼ਹਿਰ ਦਾ ਨਾਮ ਦੱਸਣਾ ਫਿਰ ਦੱਸਣਾ ਗਾਣਾ ਕਿਹੜੇ ਸਿੰਗਰ ਦਾ ਸੁਣਨਾ ਪਿੰਡ ਮੇਰਾ ਪੂਰੀਆਂ ਜੀ ਮਾਛੀਵਾੜ ਦੇ ਨਾਲ ਅੱਛਾ ਜੀ ਸਿੱਧੂ ਮੂਸੇਵਾਲਾ 295 ਸਾਲ ਬੜੀ ਮਿਹਰਬਾਨੀ ਹੋਊ ਜ਼ਰੂਰ ਸੁਣਾਵਾਂਗੇ ਜੀ ਤੇ ਨਾਮ ਨਹੀਂ ਦੱਸਿਆ ਸਰ ਜੀ ਤੁਸੀਂ ਆਪਣਾ ਗੁਰਜੀਤ ਸਿੰਘ ਹੈ ਜੀ ਮੇਰਾ ਨਾਮ ਗੁਰਜੀਤ ਸਿੰਘ ਜੀ ਸਵਾਗਤ ਹੈ ਗੁਰਜੀਤ ਜੀ ਕਰਦੇ ਕੀ ਹੋ ਤੁਸੀਂ ਮੈਂ ਸਰ ਵੈਸੇ ਤਾਂ ਫੌਜ ਚੋਂ ਰਿਟਾਇਰ ਹਾਂ ਅੱਛਾ ਜੀ ਜੀ ਹੁਣ ਵੈਸੇ ਮੇਰੀ ਏਜ ਹੋ ਗਈ ਬਾਹਰ ਤੋਂ ਟੱਪ ਗਿਆ ਮੈਂ ਮੈਨੂੰ ਹੁਣ ਇੱਧਰੋਂ ਇੰਡਸਟਰੀ ਵੱਲੋਂ ਵੀ ਮੈਂ ਛੱਡ ਤਾ ਅੱਛਾ ਜੀ ਪਰ ਇੱਕ ਨਾਮ ਦੇ ਨਾਲ ਤਾਂ ਤੁਸੀਂ ਹਮੇਸ਼ਾ ਹੀ ਆਪਣਾ ਜਾਣੇ ਜਾਣਾ ਹੈ ਉਹ ਤਾਂ ਏਜ ਭਾਵੇਂ ਜਿੰਨੀ ਮਰਜ਼ੀ ਹੋ ਜੇ ਹਾਂਜੀ ਹਾਂਜੀ ਇੱਕ ਨਾਮ ਦਾ ਹਮੇਸ਼ਾ ਤੁਹਾਡੇ ਨਾਲ ਲੱਗਾ ਹੀ ਰਹਿਣਾ ਨਾ ਉਸ ਚੀਜ਼ ਦਾ ਤਾਂ ਫਕਰ ਹੋਣਾ ਚਾਹੀਦਾ ਜਵਾਨ ਗੁਰਜੀਤ ਸਿੰਘ ਕਰਦੇ ਫਿਰ ਜੀ 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 ਮੈਂ ਵੈਸੇ ਇਹ ਜਾਣਨਾ ਚਾਹੁੰਦਾ ਮੈਂ ਤੁਹਾਡੇ ਤੋਂ ਕਿ ਤੁਸੀਂ ਜਿਵੇਂ ਕਿ ਦੇਸ਼ ਦੀ ਸੇਵਾ 'ਚ ਰਹੇ ਹੋ ਹਨਾ ਡਿਊਟੀਜ਼ 'ਤੇ ਰਹੇ ਹੋ ਫੋਰਸ 'ਚੋਂ ਆਰਮੀ 'ਚੋਂ ਤੁਸੀਂ ਸੇਵਾ ਮੁਕਤ ਹੋਏ ਹੋ ਵੈਸੇ ਕਿੱਦਾਂ ਦਾ ਉਹ ਫੀਲਿੰਗ ਕਿੱਦਾਂ ਦੀ ਰਹਿੰਦੀ ਆ ਜਦੋਂ ਤੁਸੀਂ ਇੱਕ ਸਿਪਾਹੀ ਹੁੰਦੇ ਹੋ ਸਿਪਾਹੀ ਬੜਾ ਜੋਸ਼ ਸੀਗਾ ਉਸ ਟਾਈਮ ਜੋਸ਼ ਕਿਸ ਚੀਜ਼ ਨੂੰ ਲੈ ਕੇ ਪਹਿਲਾਂ ਜੋਸ਼ ਪਹਿਲੀ ਗੱਲ ਤਾਂ ਇਹ ਦੇਸ਼ ਨੂੰ ਲੈ ਕੇ ਮੈਨੂੰ ਇੱਕ ਸਰੀਰ ਦੇ ਵਿੱਚ ਉਸ ਟਾਈਮ ਤੇ ਮੇਰੀ ਪਾਵਰ ਸੀਗੀ ਜੀ ਜੀ ਦੂਜਾ ਜਿਹੜੀਆਂ ਪਿਛਲੀਆਂ ਬਜ਼ੁਰਗਾਂ ਤੋਂ ਗੱਲਾਂ ਸੁਣਨ ਦੇ ਬਹਿ ਕੇ ਬਾਤਾਂ ਜੀ ਨੂੰ ਕਹਿੰਦੇ ਨੇ ਹਾਂਜੀ ਉਹਨਾਂ ਦੇ ਵਿੱਚ ਖਾਸਾ ਕੁਛ ਦੱਸਿਆ ਸੀ ਵੀ ਜੇ ਬੰਦਾ ਫੌਜੀ ਹੋਵੇ ਤਾਂ ਉਹਦੀ ਇੱਜ਼ਤ ਵੀ ਹੁੰਦੀ ਹੈ ਤੇ ਉਹਦਾ ਨਾਂ ਵੀ ਹੁੰਦਾ ਹਾਂਜੀ ਉਹ ਚੀਜ਼ ਦਾ ਮੈਂ ਲੈ ਕੇ ਚੱਲਿਆ ਸੀ ਬਿਲਕੁਲ ਬਿਲਕੁਲ ਤੇ ਇੱਕ ਫੌਜੀ ਇਹੀ ਕਰ ਲਓ ਜੀ ਤੇ ਮੈਂ ਇੱਕ ਹੋਰ ਚੀਜ਼ ਪੁੱਛਣੀ ਚਾਹੁੰਦਾ ਕਿ ਇੱਕ ਫੌਜੀ ਹੋਣ ਦੇ ਨਾਤੇ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਆਮ ਇਨਸਾਨ ਦੀ ਲਾਈਫ 'ਚ ਕੀ ਆਪਣਾ ਕਿਹੜੀ ਚੀਜ਼ ਸਭ ਤੋਂ ਇੰਪੋਰਟੈਂਟ ਹੋਣੀ ਚਾਹੀਦੀ ਹੈ ਤੁਹਾਨੂੰ ਕੀ ਲੱਗਦਾ ਹੈ ਜ਼ਿੰਦਗੀ ਦੇ ਤਜਰਬੇ ਦੇ ਅਕੋਰਡਿੰਗ ਕਿ ਲਾਈਫ 'ਚ ਸਭ ਤੋਂ ਮੋਸਟ ਇੰਪੋਰਟੈਂਟ ਚੀਜ਼ ਕੀ ਹੈ ਇਮਾਨਦਾਰੀ ਇਮਾਨਦਾਰੀ ਬਹੁਤ ਔਰ ਇਮਾਨਦਾਰੀ ਆਨਸਰ ਹੈ ਓਨੈਸਟ ਹੀ ਆਨਸਰ ਹੈ ਕਿਉਂਕਿ ਜੇ ਹਰ ਕੋਈ ਬੰਦਾ ਇਮਾਨਦਾਰ ਹੋ ਜਾਏ ਨਾ ਇਮਾਨਦਾਰੀ ਤੋਂ ਮਤਲਬ ਇਹ ਹੈ ਕਿ ਜਦੋਂ ਆਪਾਂ ਕਿਸੇ ਵੱਲ ਹੋਰ ਵੱਲ ਝਾਕਣਾ ਬੰਦ ਕਰ ਦਾਂਗੇ ਆਪਦੇ ਤੱਕ ਸੀਮਿਤ ਆ ਇਮਾਨਦਾਰੀ ਤੱਕ ਤਾਂ ਸਾਰੀਆਂ ਚੀਜ਼ਾਂ ਝਮੇਲੇ ਖਤਮ ਹੋ ਜਾਂਦੇ ਆ ਵੈਸੇ ਹਾਂਜੀ 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 ਹੈ ਕਿ ਨਹੀਂ ਵੈਸੇ ਤੁਸੀਂ ਕਦੇ ਇਹ ਨਹੀਂ ਸੋਚਿਆ ਸਰ ਕਿ ਜਦੋਂ ਆਫਿਸਰ ਆਪਣਾ ਆਰਮੀ ਦੇ ਵਿੱਚ ਸੀਗੇ ਕਿ ਜੇ ਇਹੀ ਚੀਜ਼ ਮੁੱਕ ਜੇ ਪੂਰੀ ਆਪਣਾ ਇਨਸਾਨਾਂ ਦੇ ਵਿੱਚੋਂ ਜਿਵੇਂ ਆਪਾਂ ਇੱਕ ਦੂਜੇ ਦੇ ਵੈਰੀ ਹਾਂ ਸਿਰਫ ਇੱਕ ਸਰਹੱਦਾਂ ਦੇ ਕਰਕੇ ਹੀ ਹੈ ਤਾਂ ਸਾਰੇ ਇਨਸਾਨ ਮੇਰਾ ਖਿਆਲ ਕਾਲ ਕੱਟ ਗਿਆ ਚਲੋ ਕੋਈ ਗੱਲ ਨਹੀਂ ਆਈ ਥਿੰਕ ਗੱਲ ਕਰਕੇ ਅੱਛਾ ਲੱਗਿਆ ਸਾਨੂੰ ਵੀ ਔਰ ਸਰ ਸਾਨੂੰ ਵੀ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ ਤੁਹਾਡੇ ਸਾਰਿਆਂ ਤੋਂ ਹੀ ਕਾਲ ਕਰਦੇ ਹੋ ਤੁਸੀਂ ਪ੍ਰੋਗਰਾਮ ਦੇ ਵਿੱਚ ਕਿਉਂਕਿ ਹਰ ਕੋਈ ਬੰਦਾ ਆਪਦੀ ਲਾਈਫ ਦੇ ਵਿੱਚ ਕੁਛ ਕੁਛ ਸਿੱਖ ਰਿਹਾ ਔਰ ਕਿਸੇ ਨੇ ਬਹੁਤ ਕੁਛ ਸਿੱਖਿਆ ਸੋ ਪਲੀਜ਼ ਜਿਨ੍ਹਾਂ ਨੇ ਸਿੱਖਿਆ ਹੋਇਆ ਪਰ ਆਪਦੀ ਜਿਹੜੀ ਲਾਈਫ ਦੇ ਹੁੰਦੇ ਐਕਸਪੀਰੀਅੰਸਿਸ ਜੋ ਵੀ ਤੁਹਾਡੇ ਕੋਲ ਕੋਈ ਸਕਿੱਲਸ ਨੇ ਜ਼ਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਕਿਸੇ ਹੋਰ ਦੇ ਉਹ ਕੰਮ ਆ ਸਕਦੇ ਨੇ ਕਿਸੇ ਹੋਰ ਦੀ ਉਹ ਲਾਈਫ ਚੇਂਜ ਕਰ ਸਕਦੇ ਨੇ ਉਸਦੀ ਲਾਈਫ ਨੂੰ ਹੋਰ ਵਧੀਆ ਕਰ ਸਕਦੇ ਨੇ ਸੋ ਉਸ ਚੀਜ਼ ਲਈ ਧੰਨਵਾਦ ਹੈ ਤੁਹਾਡਾ ਸਾਥ ਨਿਭਾਉਣ ਲਈ ਧੰਨਵਾਦ ਹੈ ਇਸੇ ਤਰ੍ਹਾਂ ਨਿਭਾਉਂਦੇ ਰਹਿਣਾ ਸੋਮਵਾਰ ਬੁੱਧਵਾਰ ਸ਼ੁੱਕਰਵਾਰ ਅੱਜ ਦੇ ਲਈ ਇੰਨਾ ਹੀ ਪਰ ਕੋਈ ਗੱਲ ਨਹੀਂ ਨੋਟ ਟੂ ਵਰੀ ਚੱਲਦੇ ਰਹਾਂਗੇ
ਮਿਲਦੇ ਰਹਾਂਗੇ, ਗੱਲਾਂ ਬਾਤਾਂ ਕਰਦੇ ਰਹਾਂਗੇ ਅਤੇ ਗਾਣੇ ਸੁਣਦੇ ਰਹਾਂਗੇ। ਆ ਜਾਓ ਫਿਰ ਮਿਲਦੇ ਹਾਂ ਕਿਤੇ ਛੱਡ ਕੇ ਉਸ ਤੋਂ ਅਗਲੇ ਦਿਨ। ਫਿਲਹਾਲ ਰਿਧਮ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਗਾਣਾ ਚਲਾ ਦਿਓ।